हेलो हेलो। हाँ सर, आवाज आ रही? सर हेलो। हेलो हेलो। मैं सर स्क्रीन शेयर कर रहा हूँ, तुसी प्लीज मैंने मैसेज कर देना कि अगर स्क्रीन शेयर हो रही है तो। हाँ सर, हजे ना प्लीज ज्वाइन करवाना। मैं एक स्क्रीन दोबारा शेयर करना चाहता, एक मिनट। हाँ सर, एक मिनट प्लीज वेट करना जरा। हेलो टू ऑल पार्टिसिपेंट्स, गुड मॉर्निंग टू ऑल। आज का जो साडा टॉपिक है वो लॉजिक गेट्स से हैगा। लॉजिक गेट्स नू असी प्रैक्टिकली किवें इन्हां दी ऑपरेशंस हुंदियां ने उस नू असी अज देखांगे कि प्रैक्टिकली ये किवें ऑपरेट करदे ने। सो सब तो पहला लॉजिक गेट बारे मैं थ्रेटिकली दस चुका हूँ ऑलरेडी कि लॉजिक गेट्स साढ़े की होंगे है। फिर भी मैं थोड़ा कु रिकॉल कर लेने हैं इहदे बारे। लॉजिक गेट्स की ने? लॉजिक गेट्स वो होंगे जिन्ना
ਨੂੰ ਅਸੀਂ ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ ਜਿੰਨੇ ਵੀ ਸਾਡੇ ਸਰਕਟਸ ਹੈ ਉਹਨਾਂ ਲਈ ਇਹ ਬੇਸਿਕ ਇੱਕ ਕੰਪੋਨੈਂਟਸ ਹੈਗੇ ਆ ਜਾਂ ਉਹਨਾਂ ਲਈ ਡਿਵਾਈਸਿਸ ਹੈਗੇ ਨੇ ਅਸੀਂ ਇਹਨਾਂ ਨੂੰ ਯੂਜ਼ਿੰਗ ਇਹਨਾਂ ਦੀ ਹੈ ਕਿ ਜਿਹੜੇ ਲਾਜਿਕ ਗੇਟਸ ਹੈ ਉਹ ਬੇਸਿਕ ਲਾਜਿਕ ਗੇਟਸ ਜਿਹੜੇ ਆ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ ਜੋ ਆਲਰੇਡੀ ਅਸੀਂ ਡਿਸਕਸ ਕਰ ਚੁੱਕੇ ਹਾਂ ਬਟ ਫਿਰ ਵੀ ਮੈਂ ਬਰੀਫਲੀ ਇੱਕ ਰੀਕਾਲ ਕਰ ਰਿਹਾ ਕਿ ਜਿਹੜੇ ਬੇਸਿਕ ਗੇਟਸ ਹੈ ਉਹ ਔਰ ਗੇਟ ਹੈ ਐਂਡ ਗੇਟ ਹੈ ਤੇ ਨੋਟ ਗੇਟ ਤਿੰਨ ਤਰ੍ਹਾਂ ਦੇ ਬੇਸਿਕ ਗੇਟ ਹੁੰਦੇ ਆ ਸੋ ਇਹਨਾਂ ਦੀ ਹੈਲਪ ਦੇ ਨਾਲ ਇਹਨਾਂ ਦੇ ਕੋਂਬੀਨੇਸ਼ਨਸ ਦੇ ਨਾਲ ਅਸੀਂ ਅਦਰ ਹੋਰ ਵੀ ਜਿਹੜੇ ਬੇਸਿਕ ਗੇਟਸ ਆ ਉਹ ਅਸੀਂ ਕੰਸਟਰਕਟ ਕਰ ਸਕਦੇ ਹਾਂ ਉਹ ਅਸੀਂ ਹੋਰ ਵੀ ਬੇਸਿਕ ਗੇਟ ਜਿਹੜੇ ਲਾਜ਼ੀ ਗੇਟਸ ਆ ਉਹ ਅਸੀਂ ਬਣਾ ਸਕਦੇ ਹਾਂ ਬੇਸਿਕ ਗੇਟਸ ਦੇ ਕੋਂਬੀਨੇਸ਼ਨਸ ਦੇ ਨਾਲ ਸੋ ਅਸੀਂ ਜੋ ਇਹ ਪ੍ਰੈਕਟੀਕਲੀ ਪਾਰਟ ਹੈ ਇਹਨੂੰ ਮੈਂ ਅੱਜ ਦੱਸਾਂਗਾ ਕਿ ਕਿਵੇਂ ਓਪਰੇਟ ਕਰਦਾ ਇਹ ਲੌਜੀ ਗੇਟਸ ਜਿਹੜੇ ਕਿਵੇਂ ਇਹਨਾਂ ਦੀ ਓਪਰੇਸ਼ਨਸ ਹੁੰਦੀਆਂ ਨੇ ਸੋ ਫਸਟਲੀ ਅਸੀਂ ਔਰ ਗੇਟ ਨੂੰ ਕਰਦੇ ਹਾਂ ਸੋ ਕਿਉਂਕਿ ਪ੍ਰੈਕਟੀਕਲੀ ਥੋੜ੍ਹਾ ਇਹ ਲੈਂਥੀ ਹੋ ਜਾਣਾ ਸੋ ਇਸਨੂੰ ਦੋ ਪਾਰਟਸ ਦੇ ਵਿੱਚ ਅਸੀਂ ਕਰਾਂਗੇ ਇੱਕ ਅੱਜ ਪਾਰਟ ਹੋਏਗਾ ਸੈਕਿੰਡ ਜਿਹੜਾ ਪਾਰਟ ਆ ਉਹ ਕੱਲ੍ਹ ਨੂੰ ਅਸੀਂ ਲਵਾਂਗੇ ਉਹਦਾ ਸੈਸ਼ਨ ਜਿਹੜਾ ਉਹ ਟਾਈਮ ਹੈ ਉਹ ਦੇਖ ਲੈਂਦੇ ਹਾਂ ਕਿ ਕੱਲ੍ਹ ਦਾ ਤੁਸੀਂ ਪਲੀਜ਼ ਜਿਹੜੇ ਵੀ ਸਟੂਡੈਂਟ ਹੁਣ ਜੁਆਇਨ ਕੀਤਾ ਹੋਇਆ ਮੈਨੂੰ ਉਹ ਪਲੀਜ਼ ਤੁਸੀਂ ਨਿੰਮੀ ਅਤੇ ਇੱਕ ਵਾਰੀ ਮੇਰਾ ਸ਼ਡਿਊਲ ਦੇਖ ਲੈਣਾ ਸ਼ਾਮ ਨੂੰ ਕਿ ਕਿੰਨਾ ਹੈਗਾ ਸੈਕਿੰਡ ਪਾਰਟ ਜਿਹੜਾ ਅਸੀਂ ਕਦੋਂ ਕਰਨਾ ਅੱਜ ਅਸੀਂ ਫਸਟ ਪਾਰਟ ਦੇ ਵਿੱਚ ਬੇਸਿਕ ਗੇਟ ਕਰਦੇ ਹਾਂ ਅਤੇ ਕੱਲ੍ਹ ਜਿਹੜੇ ਅਦਰ ਗੇਟਸ ਆ ਇਹਨਾਂ ਦੇ ਕੋਂਬੀਨੇਸ਼ਨਸ ਤੋਂ ਬਣਦੇ ਆ ਬੇਸਿਕ ਗੇਟ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਣੀ ਕਿ ਬੇਸਿਕ ਲੌਜਿਕ ਗੇਟ ਹੈ ਉਹ ਹੈਗਾ ਔਰ ਗੇਟ ਐਂਡ ਗੇਟ ਅਤੇ ਨੋਟ ਗੇਟ ਜਿਹੜਾ ਔਰ ਗੇਟ ਹੈ ਔਰ ਗੇਟ ਦੇ ਵਿੱਚ ਕੀ ਹੁੰਦਾ ਔਰ ਗੇਟ ਦੇ ਵਿੱਚ ਮੈਂ ਇਹਦਾ ਇੱਕ ਸਿੰਬਲ ਲੈ ਰਿਹਾ ਔਰ ਗੇਟ ਦਾ ਔਰ ਗੇਟ ਦੇ ਵਿੱਚ ਕੀ ਹੁੰਦਾ ਦੇਖੋ ਔਰ ਗੇਟ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਇਨਪੁੱਟਸ ਹੁੰਦੇ ਆ ਦੋ ਜਾਂ ਦੋ ਤੋਂ ਵੱਧ ਇਨਪੁੱਟਸ ਹੁੰਦੇ ਨੇ ਦੋ ਜਾਂ ਦੋ ਤੋਂ ਜ਼ਿਆਦਾ ਇਨਪੁੱਟਸ ਹੁੰਦੇ ਆ ਪਰ ਆਊਟਪੁੱਟ ਹਮੇਸ਼ਾ ਹੀ ਜਿਹੜੇ ਲੌਜੀ ਗੇਟ ਜਿੰਨੇ ਵੀ ਲੌਜੀ ਗੇਟ ਆ ਇਹਨਾਂ ਦੀ ਆਊਟਪੁੱਟ ਹਮੇਸ਼ਾ ਵਨ ਹੁੰਦੀ ਹੈ ਇੱਕੋ ਹੀ ਹੋਏਗੀ ਜਾਂ ਜ਼ੀਰੋ ਹੋਏਗੀ ਜਾਂ ਵਨ ਹੋਏਗੀ ਜ਼ੀਰੋ ਮੀਨਸ ਲੋ ਹੁੰਦਾ ਵਨ ਮੀਨਸ ਹਾਈ ਹੁੰਦਾ ਹੁਣ ਇਹ ਔਰ ਗੇਟ ਹੈ ਔਰ ਗੇਟ ਦੇ ਵਿੱਚ ਦੋ ਮੈਂ ਇਨਪੁੱਟਸ ਇੱਥੇ ਇਹਦੀਆਂ ਦੋ ਇਨਪੁੱਟਸ ਔਰ ਗੇਟ ਹੈ ਅਤੇ ਇੱਕ ਆਊਟਪੁੱਟ ਸਾਡੀ ਹੈ ਵਾਲੀ ਹੈ ਇਹਦੇ ਨਾਲ ਮੈਂ ਇੱਕ ਇਨਪੁੱਟ 'ਤੇ ਅਸੀਂ ਕੁਛ ਸਵਿੱਚ ਜਾਂ ਕਲੋਕ ਪਲਸ ਨਾਲ ਅਸੀਂ ਇਹਦੇ ਜਿਹੜੀ ਸਪਲਾਈ ਹੈ ਉਹ ਅਪਲਾਈ ਕਰਦੇ ਹਾਂ ਫਿਲਹਾਲ ਮੈਂ ਇੱਕ ਟੋਗਲ ਸਵਿੱਚ ਲੈ ਰਿਹਾ ਟੋਗਲ ਸਵਿੱਚ ਦੀ ਹੈਲਪ ਦੇ ਨਾਲ ਕਿਉਂਕਿ ਦੋ ਇਨਪੁੱਟਸ ਹੈ ਸੋ ਸਾਨੂੰ ਦੋ ਇਹਦੀਆਂ ਦੋ ਇਨਪੁੱਟਸ ਹੈ ਸੋ ਸਾਨੂੰ ਦੋ ਤਰ੍ਹਾਂ ਦੇ ਹੀ ਇਹਦੇ ਨਾਲ ਜਿਹੜੇ ਸਿਗਨਲ ਰਿਕੁਆਇਰਡ ਆ ਅਸੀਂ ਇੱਕ ਜਿਹੜਾ ਅੱਛਾ ਹੋਰ ਅਸੀਂ ਜਿਹੜਾ ਆਊਟਪੁੱਟ 'ਤੇ ਲੈਣਾ ਜਿਹਨੇ ਸਾਨੂੰ ਆਊਟਪੁੱਟ ਸ਼ੋ ਕਰਨੀ ਹੈ ਉਹ ਅਸੀਂ ਇੱਕ ਜਿਹੜਾ ਸੈਵਨ ਸੈਗਮੈਂਟ ਡਿਕੋਡਰ ਹੁੰਦਾ ਉਹਨੂੰ ਲੈ ਲਈਏ ਜਾਂ ਫਿਰ ਲਾਈਟ ਬਲਬ ਨੂੰ ਲੈ ਲਈਏ ਇਲੈਕਟ੍ਰਿਕ ਬਲਬ ਨੂੰ ਅਸੀਂ ਇਹਦੇ ਦੁਆਰਾ ਆਊਟਪੁੱਟ ਦੇਖਾਂਗੇ ਕਿ ਸਾਨੂੰ ਆਊਟਪੁੱਟ ਕੀ ਮਿਲ ਰਹੀ ਹੈ ਜਿਵੇਂ ਇਸ ਨੂੰ ਮੈਂ ਕੀ ਕਰਦਾ ਕਿ ਇਹਨੂੰ ਅਸੀਂ ਮਾਰਕ ਕਰ ਦਿੰਦੇ ਹਾਂ ਇਹਨੂੰ ਅਸੀਂ ਮਾਰਕ ਕਰ ਦਿੰਦੇ ਹਾਂ ਇਹ ਹੈਗੀ ਸਾਡੀ ਇਨਪੁੱਟ ਏ ਹੈਗੀ ਆ ਔਰ ਇਹ ਵਾਲੀ ਇਨਪੁੱਟ ਹੈਗੀ ਸਾਡੀ ਸੈਕਿੰਡ ਬੀ ਹੈ ਔਰ ਇਹ ਵਾਲੀ ਸਾਡੀ ਇੱਥੇ ਹੈਗੀ ਆ ਆਊਟਪੁੱਟ ਹੈ ਇੱਥੇ ਸਾਡੀ ਆਊਟਪੁੱਟ ਹੈਗੀ ਆ ਆਊਟਪੁੱਟ ਨੂੰ ਅਸੀਂ ਵਾਈ ਨਾਲ ਡੀਨੋਟ ਕਰ ਲੈਂਦੇ ਹਾਂ ਇਹ ਵਾਲੀ ਸਾਡੀ ਆਊਟਪੁੱਟ ਹੈ ਹੁਣ ਇਹਨਾਂ ਦੇ ਕੁਨੈਕਸ਼ਨ ਕਰਦੇ ਹਾਂ ਪਹਿਲਾਂ ਇਹਨਾਂ ਦੇ ਕੁਨੈਕਸ਼ਨ ਕਰਦੇ ਹਾਂ ਦੇਖੋ ਦੋ ਇਨ ਮੈਂ ਦੁਬਾਰਾ ਕਰ ਰਿਹਾ ਕਿ ਦੋ ਇਨਪੁੱਟਸ ਹੈ ਸੋ ਦੋ ਇਨਪੁੱਟ ਹੈ ਅਤੇ ਦੋ ਹੀ ਸਾਨੂੰ ਸਵਿੱਚ ਜਿਹੜੇ ਆ ਉਹ ਰਿਕੁਆਇਰਡ ਆ ਟਾਗਲ ਸਵਿੱਚ ਅਤੇ ਇੱਕ ਅਸੀਂ ਲੋਡ ਲੈ ਲਿਆ ਜਿਹਦੇ ਰਾਹੀਂ ਅਸੀਂ ਆਊਟਪੁੱਟ ਜਿਹੜੀ ਉਹ ਚੈੱਕ ਕਰਨੀ ਕਿ ਸਾਨੂੰ ਆਊਟਪੁੱਟ ਕੀ ਮਿਲ ਰਹੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹਦੇ ਵਿੱਚ ਔਰ ਗੇਟ ਦੇ ਵਿੱਚ ਕੀ ਹੈ ਔਰ ਗੇਟ ਦਾ ਹੁੰਦਾ ਕਿ ਜਦੋਂ
ਇਹਦੇ ਵਿੱਚ ਦੋ ਇਨਪੁਟਸ ਹੁੰਦੀਆਂ, ਦੋ ਜਾਂ ਦੋ ਤੋਂ ਜ਼ਿਆਦਾ, ਦੋ ਵੀ ਹੋ ਸਕਦੀਆਂ, ਇਸ ਤੋਂ ਜ਼ਿਆਦਾ ਵੀ ਇਨਪੁਟਸ ਹੋ ਸਕਦੇ ਆ, ਤੇ ਆਉਟਪੁੱਟ ਹਮੇਸ਼ਾ ਹੀ ਇਹਨਾਂ ਦੇ ਇੱਕੋ ਹੀ ਹੁੰਦੀ ਹੈ। ਹੁਣ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਔਰ ਗੇਟ ਦੇ ਵਿੱਚ ਕੀ ਹੁੰਦਾ ਕਿ ਆਉਟਪੁੱਟ ਸਾਨੂੰ ਹਾਈ ਉਦੋਂ ਮਿਲਦੀ ਹੈ, ਆਉਟਪੁੱਟ ਜਿਹੜੀ ਸਾਨੂੰ ਹਾਈ ਮਿਲੇਗੀ ਜਦੋਂ ਦੋਨਾਂ ਦੇ ਵਿੱਚੋਂ ਇੱਕ ਵੀ ਇਨਪੁੱਟ ਹਾਈ ਹੋ ਜਾਏ, ਸਾਡੀ ਦੋਨਾਂ ਦੇ ਵਿੱਚੋਂ ਇੱਕ ਵੀ ਇਨਪੁੱਟ ਹਾਈ ਹੋ ਜਾਏ। ਦੇਖੋ ਮੈਂ ਇਹਨਾਂ ਦੇ ਕਨੈਕਸ਼ਨ ਕਰ ਰਿਹਾ, ਦੋਨੋਂ ਜਿਹੜੇ ਆ ਆਉਟਪੁੱਟ ਇਨਪੁੱਟਸ ਨੂੰ ਦੇ ਦਿੱਤੇ ਕਨੈਕਸ਼ਨ, ਔਰ ਇਹ ਵਾਲਾ ਆਉਟਪੁੱਟ ਜਿਹੜਾ ਉਹ ਅਸੀਂ ਲੈਂਪ ਨੂੰ ਦੇ ਦਿੰਦੇ ਹਾਂ, ਇਲੈਕਟ੍ਰਿਕ ਲੈਂਪ ਨੂੰ ਦੇ ਦਿੰਦੇ ਹਾਂ। ਹੁਣ ਅਸੀਂ ਇਹਦੀ ਵਰਕਿੰਗ ਦੇਖਾਂਗੇ ਕਿ ਕਿਵੇਂ ਵਰਕ ਕਰਦਾ ਪ੍ਰੈਕਟੀਕਲੀ। ਇਹ ਔਰ ਗੇਟ ਦਾ ਸਾਡੇ ਕੋਲ ਹੈਗਾ, ਔਰ ਗੇਟ ਹੈ ਇਹਦੇ ਨਾਲ ਦੋ ਇਨਪੁੱਟਸ ਹੈ, ਦੋ ਇਨਪੁੱਟਸ 'ਤੇ ਮੈਂ ਦੋ ਸਵਿਚਿਸ ਅਪਲਾਈ ਕੀਤੇ ਆ, ਦੋਵੇਂ ਸਵਿਚਿਸ ਇਸ ਟਾਈਮ 'ਤੇ ਆਫ ਸਟੇਟ ਦੇ ਵਿੱਚ ਹੈਗੇ ਆ, ਅਤੇ ਆਉਟਪੁੱਟ ਸਾਡੀ ਫਿਲਹਾਲ ਲੋਅ ਆ ਰਹੀ ਹੈ, ਬਲਬ ਜੋ ਹੈ ਗਲੋ ਨਹੀਂ ਕਰ ਰਿਹਾ, ਬਲਬ ਜੋ ਜਗ ਨਹੀਂ ਰਿਹਾ। ਸੋ ਅਸੀਂ ਇਹਦੇ ਵਿੱਚ ਕੀ ਕਰਾਂਗੇ, ਇਸ ਦੇ ਵਿੱਚ ਇਹ ਹੁੰਦਾ ਕਿ ਆਉਟਪੁੱਟ ਸਾਨੂੰ ਹਾਈ ਉਦੋਂ ਮਿਲਦੀ ਹੈ, ਆਉਟਪੁੱਟ ਹਾਈ ਉਦੋਂ ਮਿਲਦੀ ਹੈ, ਆਉਟਪੁੱਟ ਹਾਈ ਉਦੋਂ ਮਿਲਦੀ ਮੀਨਸ ਜਿਹੜਾ ਸਾਡਾ ਇਲੈਕਟ੍ਰਿਕ ਬਲਬ ਉਦੋਂ ਗਲੋ ਕਰੇਗਾ ਜਦੋਂ, ਆਉਟਪੁੱਟ ਹਾਈ ਉਦੋਂ ਮਿਲਦੀ ਜਦੋਂ ਦੋਨੋਂ ਇਨਪੁੱਟਸ ਹਾਈ ਹੋਣ ਜਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਵੀ ਇਨਪੁੱਟ ਹਾਈ ਹੋ ਜਾਏ ਤਾਂ ਆਉਟਪੁੱਟ ਜਿਹੜੀ ਹਾਈ ਹੋਏਗੀ, ਜੇ ਦੋਨੋਂ ਇਨਪੁੱਟਸ ਲੋਅ ਹੋ ਜਾਣਗੀਆਂ ਤਾਂ ਆਉਟਪੁੱਟ ਫਿਰ ਸਾਨੂੰ ਲੋਅ ਮਿਲਣੀ ਹੈ। ਹੁਣ ਤੁਸੀਂ ਪਹਿਲੀ ਕੰਡੀਸ਼ਨ 'ਚ ਹੀ ਦੇਖ ਲਓ ਕਿ ਦੇਖੋ ਜਿਵੇਂ ਅਸੀਂ ਇਹ ਦੋਨੋਂ ਜਿਹੜੇ ਸਵਿਚਿਸ ਆ ਇਸ ਟਾਈਮ 'ਤੇ ਲੋਅ 'ਤੇ ਹੈ, ਇਹ ਵੀ ਲੋਅ ਹੈ ਇਹ ਵੀ ਲੋਅ ਹੈ, ਲੋਅ ਨੂੰ ਅਸੀਂ ਜ਼ੀਰੋ ਵੀ ਕਹਿ ਸਕਦੇ ਹਾਂ ਅਤੇ ਹਾਈ ਨੂੰ ਅਸੀਂ ਵਨ ਕਹਿ ਸਕਦੇ ਹਾਂ। ਇਹ ਦੋਨੋਂ ਲੋਅ ਲੋਅ ਹੈ, ਇਹ ਵੀ ਫਸਟ ਏ ਇਨਪੁੱਟ ਵੀ ਲੋਅ ਹੈ, ਬੀ ਇਨਪੁੱਟ ਵੀ ਲੋਅ ਹੈ, ਤਾਂ ਆਉਟਪੁੱਟ ਸਾਡੀ ਬਿਲਕੁਲ ਮਤਲਬ ਲੋਅ ਆ ਰਹੀ ਹੈ। ਇਹਦਾ ਮਤਲਬ ਕਿ ਜਦੋਂ ਦੋਨੋਂ ਇਨਪੁੱਟਸ ਲੋਅ ਨੇ ਤਾਂ ਆਉਟਪੁੱਟ ਵੀ ਲੋਅ ਆਏਗੀ। ਹਾਈ ਕਦੋਂ ਆਉਣੀ ਹੈ, ਜਦੋਂ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਇਨਪੁੱਟ ਹਾਈ ਹੋ ਗਈ, ਜਾਂ ਦੋਨੋਂ ਹਾਈ ਹੋ ਗਈਆਂ, ਜਾਂ ਫਿਰ ਕੋਈ ਵੀ ਇੱਕ ਵੀ ਇਨਪੁੱਟ ਹਾਈ ਹੋ ਗਈ। ਹੁਣ ਦੇਖੋ ਮੈਂ ਪਹਿਲੀ ਇਨਪੁੱਟ ਨੂੰ ਹਾਈ ਕਰਦਾ ਤਾਂ ਸਾਡਾ ਜਿਹੜੀ ਆਉਟਪੁੱਟ ਸਾਨੂੰ ਹਾਈ ਮਿਲ ਗਈ, ਬਲਬ ਜਿਹੜਾ ਸਾਡਾ ਉਹ ਗਲੋ ਹੋਇਆ, ਜਿਹੜਾ ਲੈਂਪ ਆ ਉਹ ਸਾਡਾ ਗਲੋ ਹੋਇਆ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਮੈਂ ਇੱਕ ਵੀ ਇਨਪੁੱਟ ਸਾਡੀ ਹਾਈ ਹੋਈ ਹੈ ਤੇ ਆਉਟਪੁੱਟ ਸਾਡੀ ਹਾਈ ਹੈ। ਹੁਣ ਮੈਂ ਦੁਬਾਰਾ ਇਹਨੂੰ ਆਫ ਕਰ ਦਿੰਦਾ, ਜੇ ਆਫ ਕਰਦਾ ਤਾਂ ਫਿਰ ਦੇਖਦੇ ਹਾਂ ਕਿ ਦੋਨੋਂ ਜ਼ੀਰੋ ਜ਼ੀਰੋ ਹੈ ਅਤੇ ਆਉਟਪੁੱਟ ਵੀ ਸਾਡੀ ਜ਼ੀਰੋ ਆਈ, ਦੋਨੋਂ ਲੋਅ ਨੇ ਇਨਪੁੱਟਸ ਅਤੇ ਆਉਟਪੁੱਟ ਵੀ ਲੋਅ ਹੈ। ਹੁਣ ਮੈਂ ਇਹਨੂੰ ਹਾਈ ਕਰ ਦਿੰਦਾ ਦੂਸਰੇ ਇਨਪੁੱਟ ਨੂੰ, ਜੇ ਦੂਸਰੇ ਇਨਪੁੱਟ ਨੂੰ ਹਾਈ ਕਰਦਾ ਤਾਂ ਫਿਰ ਵੀ ਜਿਹੜੀ ਆਉਟਪੁੱਟ ਸਾਡੀ ਹਾਈ ਮਿਲ ਰਹੀ ਹੈ, ਮਤਲਬ ਸਾਡਾ ਜਿਹੜਾ ਉਹ ਕਰੰਟ ਫਲੋ ਹੋ ਰਿਹਾ, ਬਲਬ ਜਿਹੜਾ ਸਾਡਾ ਗਲੋ ਹੋ ਰਿਹਾ। ਇਹਦਾ ਮਤਲਬ ਗਲੋ ਤਾਂ ਹੀ ਹੋਏਗਾ ਜੇ ਇਹਨੂੰ ਜਿਹੜੀ ਇਹਦੀ ਆਉਟਪੁੱਟ ਗਲੋ ਹੋ ਰਿਹਾ, ਇਹਦਾ ਮੀਨਸ ਕੀ ਹੈ ਕਿ ਆਉਟਪੁੱਟ ਜਿਹੜੀ ਆ ਉਹ ਸਾਡੀ ਹਾਈ ਆ ਰਹੀ ਆ। ਸੋ ਅਸੀਂ ਇੱਥੇ ਦੇਖਿਆ ਕਿ ਅਸੀਂ ਇੱਕ ਵੀ ਇਨਪੁੱਟ ਜਿਹੜੀ ਹਾਈ ਕਰ ਦਿੰਦੇ ਹਾਂ ਤਾਂ ਇੱਕ ਵੀ ਇਨਪੁੱਟ ਹਾਈ ਕਰਦੇ ਹਾਂ ਤਾਂ ਆਉਟਪੁੱਟ ਜਿਹੜੀ ਸਾਡੀ ਹਾਈ ਆ ਜਾਂਦੀ ਹੈ। ਸੋ ਹੁਣ ਮੈਂ ਕੀ ਕਰਦਾ, ਹੁਣ ਫਿਰ ਦੋਨੋਂ ਇਸ ਟਾਈਮ ਕਿਸ ਸਟੇਟ 'ਤੇ ਗਏ ਨੇ, ਦੋਨੋਂ ਜਿਹੜੇ ਹੈ ਇਨਪੁੱਟਸ ਆਫ ਸਟੇਟ ਦੇ ਵਿੱਚ ਹੈ, ਮਤਲਬ ਦੋਨੋਂ ਲੋਅ ਨੇ। ਜੇ ਦੋਨੋਂ ਲੋਅ ਨੇ, ਜ਼ੀਰੋ ਜ਼ੀਰੋ ਨੇ, ਤਾਂ ਆਉਟਪੁੱਟ ਵੀ ਕੀ ਆਏਗੀ, ਲੋਅ ਆਏਗੀ। ਜੇ ਤਾਂ ਮੈਂ ਟਰੁੱਥ ਟੇਬਲ ਇੱਥੋਂ ਤੁਹਾਨੂੰ ਸ਼ੋਅ ਕਰਾਵਾਂ ਇਸ ਸਰਕਟ ਦਾ, ਦੇਖੋ ਹੁਣ ਨੈਕਸਟ ਕਰਦੇ ਹਾਂ। ਮੈਂ ਦੋਨੋਂ ਹਾਈ ਕਰ ਦਿੰਦਾ, ਦੋਨਾਂ ਨੂੰ ਹਾਈ ਕਰ ਦਿੰਦਾ। ਜੇ ਦੋਨੋਂ ਹਾਈ ਕਰ ਦਾਂਗੇ, ਦੋਨੋਂ ਇਨਪੁੱਟਸ 'ਤੇ ਹਾਈ ਡਾਟਾ ਦੇਵਾਂਗੇ, ਜਦੋਂ ਦੋਨੋਂ ਇਨਪੁੱਟਸ 'ਤੇ ਹਾਈ ਡਾਟਾ ਦੇਵਾਂਗੇ, ਹਾਈ ਸਿਗਨਲ ਅਪਲਾਈ ਕਰਾਂਗੇ, ਤਾਂ ਫਿਰ ਵੀ ਆਉਟਪੁੱਟ ਹਾਈ ਆ ਰਹੀ ਹੈ। ਜੇ ਅਸੀਂ ਦੋਨਾਂ ਤੋਂ ਇੱਕ 'ਤੇ ਕਰਾਂਗੇ, ਫਿਰ ਵੀ ਆਉਟਪੁੱਟ ਹਾਈ ਆ ਰਹੀ ਹੈ। ਇਹਨੂੰ ਆਫ ਕਰਕੇ ਦੇਖ ਲੈਣੇ, ਇਹਨੂੰ ਔਨ ਕਰਕੇ ਦੇਖਿਆ, ਆਉਟਪੁੱਟ ਹਾਈ ਆ ਰਹੀ ਹੈ। ਆਉਟਪੁੱਟ ਲੋਅ ਕਦੋਂ ਆ ਰਹੀ ਹੈ, ਜਦੋਂ ਦੋਨੋਂ ਇਨਪੁੱਟਸ 'ਤੇ ਜਿਹੜਾ ਸਿਗਨਲ ਆ ਸਾਨੂੰ ਲੋਅ ਮਿਲ ਰਿਹਾ। ਇਹਦਾ ਮਤਲਬ ਔਰ ਗੇਟ ਦੇ ਵਿੱਚ ਕੀ ਹੁੰਦਾ, ਔਰ ਗੇਟ ਦੇ ਵਿੱਚ ਇਹ ਹੁੰਦਾ ਕਿ ਜਦੋਂ ਵੀ ਆਉਟਪੁੱਟ ਸਾਨੂੰ ਹਾਈ ਉਦੋਂ ਮਿਲੇਗੀ ਜਦੋਂ ਆਲ ਇਨਪੁੱਟਸ ਹਾਈ ਹੋਣਗੀਆਂ, ਜਾਂ ਫਿਰ ਕੋਈ ਇੱਕ ਵੀ ਇਨਪੁੱਟਸ ਹਾਈ ਹੋ ਜਾਏ ਤਾਂ ਆਉਟਪੁੱਟ ਜਿਹੜੀ ਹਾਈ ਮਿਲੇਗੀ। ਜੇ ਦੋਨੋਂ ਇਨਪੁੱਟਸ ਜਾਂ ਆਲ ਇਨਪੁੱਟਸ ਲੋਅ ਨੇ ਤਾਂ ਆਉਟਪੁੱਟ ਵੀ ਲੋਅ ਮਿਲੇਗੀ।
ਹੁਣ ਇਸੇ ਨੂੰ ਹੁਣ ਮੈਂ ਸਿੱਕਣ ਲਈ ਤੁਹਾਨੂੰ ਇੱਕ ਕਲੋਕ ਪਲਸ ਨਾਲ ਤੁਹਾਨੂੰ ਸ਼ੋਅ ਕਰਕੇ ਦੱਸਦਾ ਕਿ ਅਸੀਂ ਦੁਬਾਰਾ ਤੋਂ ਇੱਕ ਔਰ ਗੇਟ ਲੈਂਦੇ ਹਾਂ, ਦੁਬਾਰਾ ਤੋਂ ਇੱਕ ਔਰ ਗੇਟ ਲੈ ਲੈਂਦੇ ਹਾਂ। ਹੁਣ ਇਹਦੇ ਤੇ ਮੈਂ ਜਿਹੜੀਆਂ ਇਹਦੇ ਤੇ ਅਪਲਾਈ ਕਰ ਦਿੰਦੇ ਹਾਂ ਅਸੀਂ, ਆਹ ਦੇਖੋ ਇਹ ਲੋ ਕੋਂਸਟੈਂਟ ਹੈ, ਇਹ ਹਾਈ ਕੋਂਸਟੈਂਟ ਹੈ। ਅਸੀਂ ਇੱਕ ਮੈਂ ਕਲੋਕ ਪਲਸ ਲੈ ਲੈਂਦਾ, ਇੱਕ ਮੈਂ ਕਲੋਕ ਪਲਸ ਲੈ ਲੈਂਦਾ, ਇੱਕ ਮੈਂ ਲੈ ਲੈਂਦਾ ਵਨ ਲੈ ਲੈਂਦਾ, ਦੂਸਰੀ ਜਿਹੜੀ ਹੈ ਉਹ ਵਨ ਲੈ ਲੈਂਦੇ ਹਾਂ। ਆਊਟਪੁੱਟ ਲਈ ਅਸੀਂ ਇਸ ਇੱਕ ਇਲੈਕਟ੍ਰਿਕ ਲੈਂਪ ਲੈ ਲੈਂਦੇ ਹਾਂ। ਹੁਣ ਸਾਡੇ ਕੋਲ ਏ ਆਹ ਵਾਲਾ ਹੋ ਗਿਆ, ਏ ਇਨਪੁੱਟ ਇਹ ਹੋ ਗਈ ਤੇ ਬੀ ਇਨਪੁੱਟ ਇਹ ਵਾਲੀ ਹੋ ਗਈ। ਆਊਟਪੁੱਟ ਸਾਡੇ ਕੋਲ ਕਿਹੜੀ ਆ ਗਈ, ਇਹ ਵਾਲੀ ਇੱਥੇ ਸਾਡੇ ਕੋਲ ਆਊਟਪੁੱਟ ਆਏਗੀ। ਹੁਣ ਇਹਨਾਂ ਦੇ ਕਨੈਕਸ਼ਨ ਕਰੀਏ, ਦੇਖੋ ਜਦੋਂ ਮੈਂ ਇਹਦਾ ਕਨੈਕਸ਼ਨ ਕਰਦਾ, ਦੇਖੋ ਜਦੋਂ ਮੈਂ ਇਹਦਾ ਕਨੈਕਸ਼ਨ ਕਰ ਦਿੰਦਾ ਦੇਖੋ ਤਾਂ ਆਊਟਪੁੱਟ ਸਾਨੂੰ ਹਾਈ ਮਿਲ ਰਹੀ ਹੈ। ਕਿਉਂ ਹਾਈ ਮਿਲ ਰਹੀ ਹੈ, ਇਹਨੂੰ ਮੈਂ ਪਹਿਲੀ ਨੂੰ ਕਨੈਕਟ ਹੀ ਨਹੀਂ ਕੀਤਾ, ਜਿਹੜੀ ਏ ਇਨਪੁੱਟ ਆ ਉਹਨੂੰ ਮੈਂ ਕਨੈਕਟ ਹੀ ਨਹੀਂ ਕੀਤਾ, ਪਰ ਮੈਂ ਸੈਕਿੰਡ ਇਨਪੁੱਟ ਨੂੰ ਕੀ ਕੀਤਾ ਹੋਇਆ, ਹਾਈ ਰੱਖਿਆ ਹੋਇਆ। ਵਨ ਵਨ ਮੀਨਸ ਹਾਈ ਹੁੰਦਾ, ਜ਼ੀਰੋ ਮੀਨ ਲੋ ਹੁੰਦਾ। ਜੇ ਮੈਂ ਵਨ ਰੱਖਿਆ ਹੋਇਆ ਤਾਂ ਇਟ ਮੀਨਸ ਸਾਨੂੰ ਆਊਟਪੁੱਟ ਹਾਈ ਮਿਲ ਰਹੀ ਹੈ। ਇਹਦਾ ਮਤਲਬ ਕੀ ਹੋਇਆ ਕਿ ਜੇ ਦੋਨਾਂ ਦੇ ਵਿੱਚੋਂ ਇੱਕ ਵੀ ਇਨਪੁੱਟ ਹਾਈ ਹੋ ਗਈ ਤਾਂ ਆਊਟਪੁੱਟ ਜਿਹੜੀ ਸਾਨੂੰ ਉਹ ਹਾਈ ਮਿਲੇਗੀ। ਹੁਣ ਇਹਦੀ ਜਗ੍ਹਾ ਤੇ ਮੈਂ ਜ਼ੀਰੋ ਲੈਣਾ, ਇਹਦੀ ਜਗ੍ਹਾ ਤੇ ਮੈਂ ਜ਼ੀਰੋ ਕੋਂਸਟੈਂਟ ਲੈ ਲੈਂਦੇ ਹਾਂ, ਜ਼ੀਰੋ ਕੋਂਸਟੈਂਟ ਲੈ ਲੈਂਦੇ ਹਾਂ। ਇਹਨੂੰ ਮੈਂ ਕਨੈਕਟ ਕਰਦਾ, ਤੁਸੀਂ ਦੇਖੋ ਕਿ ਇਹਦੀ ਆਊਟਪੁੱਟ ਲੋ ਆ ਰਹੀ ਹੈ। ਕਿਉਂ ਆਊਟਪੁੱਟ ਲੋ ਆ ਰਹੀ, ਕਿਉਂਕਿ ਆਹ ਜਿਹੜੀ ਇਨਪੁੱਟ ਹੈ ਇਹ ਲੋ ਹੈਗੀ ਆ। ਹੁਣ ਇਹਨੂੰ ਅਸੀਂ ਕਰਦੇ ਹਾਂ, ਜਿਹੜੀ ਕਲੋਕ ਪਲਸ ਚੱਲ ਰਹੀ ਹੈ ਇਹਨੂੰ ਅਪਲਾਈ ਕਰਦੇ ਹਾਂ। ਹੁਣ ਦੇਖੋ ਆਊਟਪੁੱਟ ਜਿਹੜੀ ਆ, ਆਹ ਬਲਬ ਜਿਹੜਾ ਗਲੋ ਹੋ ਰਿਹਾ, ਇੱਕ ਟਾਈਮ ਤੇ ਬਲਬ ਗਲੋ ਹੋ ਰਿਹਾ, ਇੱਕ ਟਾਈਮ ਤੇ ਨਹੀਂ ਹੋ ਰਿਹਾ। ਇੱਕ ਟਾਈਮ ਤੇ ਬਲਬ ਜਗ ਰਿਹਾ, ਇੱਕ ਟਾਈਮ ਦੂਸਰੇ ਟਾਈਮ ਤੇ ਬਲਬ ਜਿਹੜਾ ਉਹ ਨਹੀਂ ਜਗ ਰਿਹਾ। ਕਿਵੇਂ ਹੈ ਇਹ? ਕਲੋਕ ਪਲਸ ਤੇ ਡਿਪੈਂਡ ਕਰਦਾ। ਜਦੋਂ ਆਹ ਕਲੋਕ ਪਲਸ ਇਹ ਬਲੂ ਕਲਰ ਦੀ ਹੁੰਦੀ ਹੈ, ਇਟ ਮੀਨਸ ਇਹ ਹਾਈ ਹੋ ਰਹੀ ਹੈ। ਜਦੋਂ ਵਾਈਟ ਹੋ ਜਾਂਦੀ ਹੈ ਤਾਂ ਇਹ ਲੋ ਹੋ ਰਹੀ ਹੈ। ਇਹ ਹਾਈ ਐਂਡ ਲੋ ਇਹਨੇ ਇਸ ਤਰ੍ਹਾਂ ਨਾਲ ਚੱਲਦਾ ਰਹਿਣਾ। ਇਹ ਜਿਹੜੇ ਆ, ਇਹ ਜਿਹੜੀ ਕਲੋਕ ਪਲਸ ਆ, ਇੱਕ ਟਾਈਮ ਤੇ ਲੋ ਹਾਈ ਲੋ ਹਾਈ, ਇਸ ਤਰ੍ਹਾਂ ਨਾਲ ਇਹਦਾ ਸਿਗਨਲ ਜਿਹੜਾ ਉਹ ਚੱਲਦਾ ਰਹਿੰਦਾ। ਜਦੋਂ ਤਾਂ ਲੋ ਹੋਏਗੀ ਤਾਂ ਦੇਖੋ ਬਲਬ ਨਹੀਂ ਚੱਲ ਰਿਹਾ। ਜੇ ਧਿਆਨ ਨਾਲ ਅਸੀਂ ਦੇਖੀਏ, ਥੋੜਾ ਮੈਂ ਇਹਦਾ ਟਾਈਮ ਜਿਹੜਾ ਉਹ ਘਟਾਉਣ ਦੀ ਕੋਸ਼ਿਸ਼ ਕਰਦਾ ਕਲੋਕ ਪਲਸ ਦਾ। ਕਲੋਕ ਪਲਸ ਦਾ ਥੋੜਾ ਟਾਈਮ ਨੂੰ ਮੈਂ ਟਾਈਮ ਜਿਹੜਾ ਇਹਦਾ ਉਹ ਥੋੜਾ ਕੁ ਵਧਾ ਦਿੰਦੇ ਹਾਂ ਇੱਥੇ। ਹੁਣ ਟਾਈਮ ਜਿਹੜਾ ਮੈਂ ਵਧਾਤਾ, ਹੁਣ ਦੇਖੋ ਤੁਹਾਨੂੰ ਥੋੜਾ ਕਲੀਅਰ ਜ਼ਿਆਦਾ ਹੋ ਜਾਏਗਾ ਕਿ ਟਾਈਮ ਜ਼ਿਆਦਾ ਲੈ ਰਿਹਾ। ਦੇਖੋ ਹੁਣ ਟਾਈਮ ਜ਼ਿਆਦਾ ਲੈ ਰਿਹਾ, ਦੇਖੋ ਜਦੋਂ ਇਹ ਆ ਦੇਖੋ ਹਾਈ ਹੋਈ ਸੀ ਤੇ ਬਲਬ ਹੀ ਗਲੋ ਹੋਇਆ, ਲੋ ਹੋਈ ਤਾਂ ਬਲਬ ਗਲੋ ਨਹੀਂ ਹੋ ਰਿਹਾ। ਇਟ ਮੀਨਸ ਕੀ ਆ, ਇਹਦੇ ਤੇ ਹੁਣ ਡਿਪੈਂਡ ਨਹੀਂ ਕਰਦਾ, ਇਹਦਾ ਔਰ ਗੇਟ ਦਾ ਇਹ ਹੁੰਦਾ ਕਿ ਕੋਈ ਇੱਕ ਵੀ ਇਨਪੁੱਟ ਹਾਈ ਸਾਨੂੰ ਮਿਲ ਜਾਵੇ ਤਾਂ ਆਊਟਪੁੱਟ ਸਾਨੂੰ ਹਾਈ ਮਿਲਣੀ ਆ। ਜੇ ਦੋਨੋਂ ਇਨਪੁੱਟਸ ਲੋ ਹੋਣਗੀਆਂ ਜਾਂ ਤਾਂ ਫਿਰ ਆਊਟਪੁੱਟ ਸਾਡੀ ਲੋ ਮਿਲੇਗੀ। ਹੁਣ ਦੇਖੋ ਇੱਥੇ ਆਊਟਪੁੱਟ ਆ ਤਾਂ ਆਲਰੇਡੀ ਜ਼ੀਰੋ ਹੈ, ਇਹ ਤਾਂ ਲੋ ਹੈ। ਜਦੋਂ ਇੱਥੇ ਵੀ ਲੋ ਹੋ ਜਾਂਦਾ ਤਾਂ ਬਲਬ ਜਿਹੜਾ ਸਾਡਾ ਗਲੋ ਨਹੀਂ ਕਰਦਾ, ਆਊਟਪੁੱਟ ਸਾਨੂੰ ਨਹੀਂ ਮਿਲਦੀ। ਇਹਦਾ ਮਤਲਬ ਸਾਨੂੰ ਇੱਥੋਂ ਕੀ ਸ਼ੋਅ ਹੁੰਦਾ ਕਿ ਔਰ ਗੇਟ ਦੇ ਵਿੱਚ ਆਊਟਪੁੱਟ ਉਦੋਂ ਹੀ ਹਾਈ ਹੋਏਗੀ ਜਦੋਂ ਦੋਨਾਂ ਦੇ ਵਿੱਚੋਂ ਕੋਈ ਇੱਕ ਵੀ ਇਨਪੁੱਟ ਹਾਈ ਹੋਣੀ ਜ਼ਰੂਰੀ ਹੈ। ਦੋਨਾਂ ਦੇ ਵਿੱਚੋਂ ਕੋਈ ਇੱਕ ਵੀ ਇਨਪੁੱਟ ਹਾਈ ਹੋਣੀ ਜ਼ਰੂਰੀ ਹੈ। ਹੁਣ ਮੈਂ ਇਸੇ ਗੇਟ ਨੂੰ ਮੈਂ ਤਿੰਨ ਇਨਪੁੱਟਸ ਨਾਲ ਸ਼ੋਅ ਕਰਨ ਜਾ ਰਿਹਾ, ਤਿੰਨ ਇਨਪੁੱਟਸ ਨਾਲ। ਇੱਕ ਅਸੀਂ ਔਰ ਗੇਟ ਲੈਂਦੇ ਹਾਂ,
ਔਰ ਗੇਟ ਲਿਆ, ਇਹਦੀਆਂ ਇਨਪੁਟਸ ਜਿਹੜੀਆਂ ਉਹ ਤਿੰਨ ਲੈ ਲੈਂਦੇ ਹਾਂ, ਕਿਉਂਕਿ ਔਰ ਇਨਪੁਟਸ ਜਿਹੜੀਆਂ ਉਹ ਤਿੰਨ ਚਾਰ ਸਮਥਿੰਗ ਕੁਝ ਵੀ ਹੋ ਸਕਦੀਆਂ ਨੇ, ਪਰ ਦੋ ਤੋਂ ਵੱਧ ਹੋਣਗੀਆਂ, ਦੋ ਤੋਂ ਘੱਟ ਨਹੀਂ ਹੋਣਗੀਆਂ। ਐਟਲੀਸਟ ਘੱਟੋ ਘੱਟ ਦੋ ਇਨਪੁਟਸ ਹੁੰਦੀਆਂ, ਇੱਕ ਆਊਟਪੁੱਟ ਹੁੰਦੀ ਹੈ। ਪੇਪਰ ਦੇ ਵਿੱਚ ਕੁਐਸਚਨ ਜਿਹੜਾ ਆ ਸਕਦਾ ਉਹ ਇਸ ਤਰ੍ਹਾਂ ਨਾਲ ਆ ਸਕਦਾ ਕਿ ਲੌਜਿਕ ਗੇਟ ਜਿਹੜਾ ਔਰ ਗੇਟ ਹੈ ਉਹਦੀਆਂ ਇਨਪੁਟਸ ਕਿੰਨੀਆਂ ਹੁੰਦੀਆਂ, ਅਸੀਂ ਕਹਾਂਗੇ ਦੋ ਜਾਂ ਦੋ ਤੋਂ ਜ਼ਿਆਦਾ, ਆਊਟਪੁੱਟ ਕਿੰਨੇ ਹੁੰਦੇ ਆ, ਓਨਲੀ ਵਨ, ਓਨਲੀ ਇੱਕੋ ਹੀ ਆਊਟਪੁੱਟ ਆਏਗੀ ਸਾਡੇ ਕੋਲ, ਆਊਟਪੁੱਟ ਜਿਹੜੀ ਉਹ ਜ਼ੀਰੋ ਮਿਲੇਗੀ ਜਾਂ ਹਾਈ ਮਿਲੇਗੀ, ਜਿਵੇਂ ਮੈਂ ਬਲਬ ਤੇ ਗਲੋ ਕਰਕੇ ਦੱਸਿਆ। ਮੈਂ ਤਿੰਨ ਇਨਪੁਟਸ ਨਾਲ ਕਰ ਰਿਹਾ, ਤਿੰਨ ਇਨਪੁਟਸ ਨਾਲ ਮੈਂ ਟੋਗਲ ਸਵਿੱਚ ਦੀ ਹੈਲਪ ਦੇ ਨਾਲ ਕਰਦਾ। ਹੁਣ ਸਾਨੂੰ ਸਵਿਚਜ ਵੀ ਜਿਹੜੇ ਆ ਉਹ ਤਿੰਨ ਅਪਲਾਈ ਕਰਨੇ ਪੈਣੇ ਆ, ਸਵਿਚਜ ਵੀ ਤਿੰਨ ਅਪਲਾਈ ਕਰਾਂਗੇ। ਇੱਕ ਅਸੀਂ ਆਊਟਪੁੱਟ ਲਈ ਅਸੀਂ ਇੱਥੋਂ ਇੱਕ ਬਲਬ ਲੈ ਲੈਂਦੇ ਹਾਂ। ਸੋ ਹੁਣ ਇਹਦੇ ਕੁਨੈਕਸ਼ਨ ਕਰੀਏ, ਇਹਨੂੰ ਆ ਫਸਟ ਇਨਪੁੱਟ ਨੂੰ ਦੇ ਦਿੱਤੀ, ਇੱਕ ਫਸਟ ਇਨਪੁੱਟ ਨੂੰ ਦੇ ਦਾਂਗੇ ਅਪਲਾਈ ਕਰਾਂਗੇ, ਸੈਕਿੰਡ ਜਿਹੜਾ ਉਹ ਸੈਕਿੰਡ ਇਨਪੁੱਟ ਨੂੰ ਅਪਲਾਈ ਕਰਾਂਗੇ, ਥਰਡ ਜਿਹੜੇ ਆ ਡਾਟਾ ਜਿਹੜਾ ਉਹ ਥਰਡ ਇਨਪੁੱਟ ਨੂੰ ਅਸੀਂ ਅਪਲਾਈ ਕਰ ਦਾਂਗੇ, ਅਤੇ ਆਊਟਪੁੱਟ ਜਿਹੜੀ ਆ ਉਹ ਅਸੀਂ ਇਹਦੇ ਅਕਰੋਸ ਲੈ ਲਾਂਗੇ, ਜੋ ਕਿ ਸਾਡਾ ਇਲੈਕਟ੍ਰਿਕ ਬਲਬ ਹੈਗਾ। ਹੁਣ ਇੱਥੇ ਦੇਖੋ, ਕਿਉਂਕਿ ਤਿੰਨੋਂ ਸਵਿਚਿਜ ਆਫ ਸਟੇਟ ਦੇ ਵਿੱਚ ਹੈਗੇ ਨੇ, ਤਿੰਨੋਂ ਆਫ ਸਟੇਟ, ਆਫ ਸਟੇਟ ਮਤਲਬ ਤਿੰਨੋਂ ਹੀ ਲੋਅ ਹੈਗੇ ਨੇ। ਜਦੋਂ ਤਿੰਨੋਂ ਹੀ ਲੋਅ ਹੈਗੇ ਨੇ, ਇਟ ਮੀਨਸ ਆਊਟਪੁੱਟ ਸਾਡੀ ਲੋਅ ਆ ਰਹੀ ਹੈ, ਆਊਟਪੁੱਟ ਸਾਡੀ ਲੋਅ ਆ ਰਹੀ ਹੈ। ਇਹਨਾਂ ਦੇ ਵਿੱਚੋਂ ਇੱਕ ਵੀ ਸਵਿਚ ਆਨ ਹੋ ਜਾਏਗਾ, ਇੱਕ ਟਾਈਮ ਤੇ ਵੀ ਸਾਨੂੰ ਇੱਕ ਇਨਪੁੱਟ ਤੇ ਵੀ ਸਾਨੂੰ ਹਾਈ ਮਿਲ ਜਾਏਗੀ, ਤਾਂ ਇਨਪੁੱਟ ਹਾਈ ਮਿਲੇਗੀ ਤਾਂ ਆਊਟਪੁੱਟ ਵੀ ਸਾਨੂੰ ਹਾਈ ਮਿਲੇਗੀ। ਮੈਂ ਇੱਕ ਵੀ ਇੱਕ ਇਨਪੁੱਟ ਪਹਿਲੀ ਜਿਹੜੀ ਇਨਪੁੱਟ ਉਹਨੂੰ ਹਾਈ ਕੀਤਾ ਤਾਂ ਅਸੀਂ ਦੇਖ ਰਹੇ ਹਾਂ ਕਿ ਆਊਟਪੁੱਟ ਜਿਹੜੀ ਹੈ ਉਹ ਹਾਈ ਮਿਲ ਰਹੀ ਹੈ। ਸੋ ਮੈਂ ਇਹਨੂੰ ਆਫ ਕਰ ਦਿੰਦਾ, ਸੈਕਿੰਡ ਨੂੰ ਆਨ ਕਰ ਦਿੰਦੇ ਹਾਂ, ਫਿਰ ਵੀ ਦੇਖ ਰਹੇ ਹਾਂ ਕਿ ਜਿਹੜੀ ਆਊਟਪੁੱਟ ਹੈ ਉਹ ਸਾਨੂੰ ਹਾਈ ਮਿਲ ਰਹੀ ਹੈ। ਇਹਨੂੰ ਮੈਂ ਲੋ ਕਰ ਦਿੰਦਾ, ਫਿਰ ਇਹਨੂੰ ਥਰਡ ਨੂੰ ਹਾਈ ਕਰ ਦਿੰਦੇ ਹਾਂ। ਇਹਦਾ ਮਤਲਬ ਤਿੰਨਾਂ ਦੇ ਵਿੱਚੋਂ ਇੱਕ ਵੀ ਹੋ ਜਾਏ ਆਨ, ਇੱਕ ਵੀ ਜਿਹੜਾ ਜਿਹੜੀ ਇਨਪੁੱਟ ਹੈ ਉਹ ਹਾਈ ਹੋਏਗੀ ਤਾਂ ਆਊਟਪੁੱਟ ਸਾਨੂੰ ਹਾਈ ਮਿਲਣੀ ਹੈ। ਮੈਂ ਦੋ ਇਨਪੁੱਟ ਹਾਈ ਕਰ ਦਿੰਦਾ, ਫਿਰ ਵੀ ਆਊਟਪੁੱਟ ਹਾਈ ਆ ਰਹੀ ਹੈ। ਮੈਂ ਤਿੰਨੋਂ ਇਨਪੁੱਟ ਹਾਈ ਕਰ ਦਿੰਦਾ, ਫਿਰ ਵੀ ਇਨਪੁੱਟ ਹਾਈ ਆ ਰਹੀ ਹੈ। ਜੇ ਮੈਂ ਦੋ ਇਨਪੁੱਟ ਹਾਈ ਰਹਿਣ ਦਿੰਦਾ, ਫਿਰ ਵੀ ਆਊਟਪੁੱਟ ਹਾਈ ਆ ਰਹੀ ਹੈ। ਜੇ ਮੈਂ ਇੱਕ ਇਨਪੁੱਟ ਹਾਈ ਰਹਿਣ ਦਿੰਦਾ, ਕੋਈ ਵੀ ਤਿੰਨਾਂ ਚੋਂ ਕੋਈ ਵੀ ਇੱਕ ਇਨਪੁੱਟ ਹਾਈ ਰਹਿਣ ਦਿਓ ਤਾਂ ਆਊਟਪੁੱਟ ਹਾਈ ਆ ਰਹੀ ਹੈ। ਲੋ ਕਿਸ ਸਟੇਟ ਦੇ ਵਿੱਚ ਆ ਰਹੀ ਹੈ? ਜਦੋਂ ਤਿੰਨੋਂ ਹੀ ਇਨਪੁੱਟ ਜਿਹੜੇ ਆ ਉਹ ਸਾਡੇ ਕੋਲ ਲੋ ਸਟੇਟ ਦੇ ਵਿੱਚ ਹੈ, ਜ਼ੀਰੋ ਸਟੇਟ ਦੇ ਵਿੱਚ ਹੈ। ਤਿੰਨਾਂ ਇਨਪੁੱਟਸ ਨੂੰ ਸਾਡੇ ਕੋਲ ਜ਼ੀਰੋ ਡਾਟਾ ਅਪਲਾਈ ਕੀਤਾ, ਜ਼ੀਰੋ ਸਿਗਨਲ ਅਪਲਾਈ ਹੋਇਆ। ਸੋ ਇਸ ਕਰਕੇ ਔਰ ਗੇਟ ਦੇ ਵਿੱਚ ਕੀ ਹੁੰਦਾ ਹੈ, ਕੁਸਚਨ ਜੋ ਆ ਸਕਦਾ ਕਿ ਇਹਦੀ ਔਰ ਗੇਟ ਦੀ ਜਿਹੜੀ ਆਊਟਪੁੱਟ ਹੈ ਉਹ ਕੀ ਹੁੰਦੀ ਹੈ, ਕਿਵੇਂ ਆਉਂਦੀ ਹੈ, ਆਊਟਪੁੱਟ ਦੀ ਹਾਈ ਕਦੋਂ ਹੋਏਗੀ, ਜਦੋਂ ਕੋਈ ਵੀ ਇੱਕ ਵੀ ਇਨਪੁੱਟ ਹਾਈ ਹੋ ਜਾਏ ਜਾਂ ਆਲ ਇਨਪੁੱਟਸ ਹਾਈ ਹੋ ਜਾਣ ਜਾਂ ਫਿਰ ਕੋਈ ਇੱਕ ਵੀ ਇਨਪੁੱਟ ਹਾਈ ਹੋ ਜਾਏ ਤਾਂ ਆਊਟਪੁੱਟ ਹਾਈ ਹੋਏਗੀ। ਇਸ ਤਰ੍ਹਾਂ ਨਾਲ ਵੀ ਕੁਸਚਨ ਪੁੱਛਿਆ ਜਾ ਸਕਦਾ ਹੈ ਕਿ ਆਊਟਪੁੱਟ ਇਹਦੀ ਲੋ ਕਦੋਂ ਆਏਗੀ, ਕਦੋਂ ਆਏਗੀ, ਜਦੋਂ ਆਲ ਇਨਪੁੱਟਸ ਸਾਰੀਆਂ ਇਨਪੁੱਟਸ ਹਾਈ ਹੋਣਗੀਆਂ ਤਾਂ ਆਊਟਪੁੱਟ ਲੋ ਆਏਗੀ। ਸੈਕਿੰਡ ਜਿਹੜਾ ਉਹ ਅਸੀਂ ਹੁਣ ਐਂਡ ਗੇਟ ਨੂੰ ਕਰਦੇ ਹਾਂ, ਸੈਕਿੰਡ ਐਂਡ ਗੇਟ ਨੂੰ ਦੇਖੀਏ। ਐਂਡ ਗੇਟ ਦੇ ਵਿੱਚ ਵੀ ਮੈਂ ਇੱਕ ਟੋਗਲ ਸਵਿੱਚ ਲਿਆ, ਫਿਰ ਟੋਗਲ ਸਵਿੱਚ ਲਿਆ, ਦੋ ਇਨਪੁੱਟਸ ਨਾਲ ਇੱਕ ਇਲੈਕਟ੍ਰਿਕ ਬਲਬ ਲਿਆ। ਹੁਣ ਐਂਡ ਗੇਟ ਦੇ ਵਿੱਚ ਕੀ ਹੁੰਦਾ, ਐਂਡ ਗੇਟ ਦੀ ਚ ਵੀ ਦੋ ਇਨਪੁੱਟਸ ਹੁੰਦੀਆਂ ਤੇ ਇੱਕ ਆਊਟਪੁੱਟ ਹੁੰਦੀ ਹੈ, ਦੋ ਜਾਂ ਦੋ ਤੋਂ ਵੱਧ ਇਨਪੁੱਟ ਹੁੰਦੇ ਆ ਪਰ ਇੱਕ ਆਊਟਪੁੱਟ ਹੁੰਦੀ ਹੈ। ਹੁਣ ਇਨਪੁੱਟਸ ਜਿਹੜੀਆਂ ਉਹ ਜ਼ੀਰੋ ਜ਼ੀਰੋ ਜਾਂ ਜ਼ੀਰੋ ਵਨ ਜਾਂ ਵਨ ਜ਼ੀਰੋ ਜਾਂ ਵਨ ਵਨ ਇਸ ਤਰ੍ਹਾਂ ਨਾਲ ਹੁੰਦੀ ਹੈ, ਤੇ ਆਊਟਪੁੱਟ ਜਿਹੜੀ ਸਾਡੇ ਕੋਲ ਹਮੇਸ਼ਾ ਇੱਕੋ ਹੀ ਆਏਗੀ, ਉਹ ਵਨ ਆਏਗੀ ਜਾਂ ਜ਼ੀਰੋ ਆਏਗੀ। ਹੁਣ ਅਸੀਂ ਕੀ ਕਰਦੇ ਹਾਂ, ਇਹਨਾਂ ਦੇ ਕੁਨੈਕਸ਼ਨ ਕਰਦੇ ਹਾਂ। ਇਨਪੁੱਟ ਤੇ ਅਸੀਂ ਪਹਿਲੇ ਸਵਿੱਚ ਨੂੰ ਕਨੈਕਟ ਕੀਤਾ, ਦੂਸਰੇ ਇਨਪੁੱਟ ਤੇ ਦੂਸਰਾ ਸਵਿੱਚ, ਤੇ ਆਊਟਪੁੱਟ ਨੂੰ ਅਸੀਂ ਇੱਕ ਬਲਬ ਦੇ ਅਕਰੋਸ ਲਾ ਦਿੱਤਾ। ਹੁਣ ਦੇਖੋ, ਮੈਂ ਰਿਪੀਟ ਕਰ ਰਿਹਾ ਕਿ ਐਂਡ ਗੇਟ ਦੇ ਵਿੱਚ ਕੀ ਹੁੰਦਾ, ਆਊਟਪੁੱਟ ਸਾਨੂੰ ਹਾਈ ਉਦੋਂ ਮਿਲੇਗੀ
एंड गेट दे विच आउटपुट सानू हाई उदों मिलेगी जदों ऑल इनपुट हाई होणगियां, जदों ऑल इनपुट हाई होणगियां, जदों सारियां इनपुट सेदियां जिहड़ियां हाई होणगियां, अदरवाइज सानू आउटपुट लो मिलेगी। देखो इत्थे साडे कोल दोनों इनपुट्स इस टाइम ते दोनों इनपुट्स जिहड़ियां लो है, दोनों इनपुट्स जिहड़ियां साडे कोल लो ने, ते आउटपुट साढ़े कोल लो आ रही है, आउटपुट भी लो आ रही है। जे मैं एक हाई कर दिना, पहली नूं मैं हाई कर दिना, तो असी देख रहे हैं कि इत्थे फिर साढ़े कोल लो आ रही है। हुण मैं फस्ट नूं लो कर दिना तो सैकेंड नूं हाई कर दिना, फिर भी देख रहे हैं कि आउटपुट साढ़े कोल लो आ रही है। हुण मैं दोनों हाई कर दिना, जदों दोनों हाई करदा ते फिर आउटपुट जिहड़ी साडी ओ हाई आ रही है, आउटपुट उदों साडे कोल हाई आ रही है। सो असीं इह कह सकदे हां कि जिहड़ा आर गेट दे सॉरी एंड गेट दे विच साडे कोल जिहड़ियां आउटपुट हाई उदों होएगी जदों दोनों इनपुट्स जिहड़ियां ओह हाई होणगियां। हुण सेम इही जिहड़ा इह मैं तीन इनपुट्स नाल करदा कि इहदे ते असीं इक तीसरी इनपुट होर अप्लाई कर दिंदे हां, एक असी तीसरी इनपुट होर अप्लाई कर दिंदे हां, इहनूं मैं ऑफ स्टेट दे विच रहन दिंदा, एक स्विच होर इहदे ते अप्लाई करना पएगा, एक जिहड़ा सिग्नल है होर तीजी इनपुट ते भी अप्लाई करना पएगा। हुण इस दे विच की होएगा, हुण तिन्नों जिहड़ियां इनपुट्स आ ऑफ स्टेट दे विच हैगियां ने, जदों तिन्नों ऑफ स्टेट दे विच है ते आउटपुट जिहड़ी सानूं लो मिल रही है। जे मैं एक स्विच ऑन करदा तां की करदा, एक ते भी हाई कर दिंदे हां ते आउटपुट साडे कोल लो आ रही है, जे मैं दो करदा फिर भी आउटपुट लो आ रही है। आउटपुट हाई कदों आनी है, जदों ऑल इनपुट्स हाई होणगियां, देखो जदों तीनों इनपुट्स साडियां हाई होणगियां। हुण सेम वे ना ज्यादा क्लैरिटी ली, एक इनपुट असी इहदी होर लै लैंदे हां, चार इनपुट्स लै लैंदे हां, दो जां दो तों वध जिन्ने मर्जी असी इनपुट्स लै सकदे हां, बट जिहड़े आउटपुट हमेशा सानू वो ओनली वन स्टेट दे विच मिलेगा, वो लो होएगा जा हाई होएगा। एक स्विच मैं होर ले लेना, इस तो असी इनू अप्लाई करते हैं सिग्नल। हुण इहदे तों भी असी जदों अप्लाई किया, हुण चारों जिहड़े स्विच है ऑफ स्टेट दे विच है, जदों चारों स्विच जिहड़े ऑफ स्टेट दे विच है, तो इहदा मतलब की है कि साढ़े को आउटपुट लो आ रही है। जे मैं एक हाई कर दिना फिर भी नहीं आ रही, जे मैं दो हाई कर दिना फिर भी आउटपुट लो आ रही है, मैं तीन हाई कर दिना फिर भी आउटपुट लो आ रही है, जे मैं चारों हाई करदा तो आउटपुट हाई आ रही है। इट मीनस असी एंड गेट का ही मतलब है, एंड गेट का यह मतलब है कि आउटपुट साढ़े को हाई उदों आनी है जदों सारे इनपुट्स जड़े वो हाई होणगे। जे एक भी इनपुट साडा लो हो जाता तो आउटपुट सानू हाई नहीं मिलेगा, आउटपुट लो स्टेट दे विच आएगा। सो इसे नूं ही हुण मैं थोड़ा टॉगल स्विचेस नाल भी सारे इहनूं हुण मैं दोबारा शो करना चाहना। हुण दोबारा एक लै लैने एंड गेट, इहनूं कलॉक पल्स नाल अप्लाई करदे हां, कलॉक पल्स नाल देखदे हां की रिएक्शन हुंदा। आ क्लॉक पल्स एक अप्लाई कीती, इहदा टाइम इनक्रीज कर दिंदे आ, सैकेंड क्लॉक पल्स एक होर लै लैंदे आ, क्योंकि मेन जिहड़ा डिजिटल इलैक्ट्रॉनिक्स दे विच है वह असीं क्लॉक पल्स दे नाल ही जिहड़ा असीं इहनूं ओपरेट करवाने आ लॉजिक गेट्स नूं, क्योंकि डिजिटल इलैक्ट्रॉनिक्स जिहड़ी आ वह क्लॉक पल्स दे नाल ही चलदी हैगी आ। हुण देखो इहदा भी टाइम इनक्रीज कर दिंदा, हुण आ देखो एक टाइम ते इह लो हो रही है, दोनों हाई हो रही हैं सेम टाइम ते, इहदी मैं लो कर दिंदा इत्थों, हाँ एक असीं आउटपुट लई असीं इत्थों बल्ब लै लैंदे हां, इहदे हुण कनैक्शन कर दिंदे हां इनपुट ते, एक इनपुट ते असीं अप्लाई कीता, दूसरे इनपुट ते भी क्लॉक पल्स अप्लाई की,
ਤੇ ਆਊਟਪੁੱਟ ਤੇ ਅਸੀਂ ਹੁਣ ਦੇਖੋ ਕੀ ਹੈ, ਧਿਆਨ ਨਾਲ ਦੇਖੀਏ ਜੇ ਜਦੋਂ ਦੋਨੋਂ ਹੀ ਹਾਈ ਹੋ ਰਹੇ ਆ, ਦੇਖੋ ਜਦੋਂ ਦੋਨੋਂ ਹਾਈ ਹੋ ਰਹੇ ਆ ਤੇ ਆਊਟਪੁੱਟ ਸਾਨੂੰ ਹਾਈ ਮਿਲ ਰਹੀ ਹੈ ਐਂਡ ਗੇਟ ਦੇ ਵਿੱਚ। ਜਦੋਂ ਇੱਕ ਵੀ ਲੋਅ ਹੋ ਜਾਂਦਾ ਤਾਂ ਆਊਟਪੁੱਟ ਸਾਨੂੰ ਲੋਅ ਨਹੀਂ ਮਿਲ ਰਹੀ। ਥੋੜਾ ਕੁ ਧਿਆਨ ਨਾਲ ਦੇਖਣਾ ਪਏਗਾ, ਕਲੋਕ ਪਲਸ ਚੱਲ ਰਿਹਾ, ਕਲੋਕ ਪਲਸ ਦੇ ਵਿੱਚ ਆਊਟਪੁੱਟ ਸਾਨੂੰ ਹਾਈ ਉਦੋਂ ਮਿਲਣੀ ਹੈ ਜਦੋਂ ਇੱਕ ਵੀ ਸਾਡਾ ਜਿਹੜਾ ਦੋਨੋਂ ਇਨਪੁੱਟਸ ਜਿਹੜੇ ਆ ਉਹ ਹਾਈ ਹੋਣਗੇ। ਹੁਣ ਸੇਮ ਜਿਹੜਾ ਆ ਉਹ ਅਸੀਂ ਇਹਨੂੰ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ। ਹੁਣ ਇਹਨੂੰ ਮੈਂ ਔਰ ਗੇਟ ਐਂਡ ਗੇਟ ਨੂੰ ਇੱਕ ਪੁੱਛ ਬਟਨ ਦੀ ਹੈਲਪ ਨਾਲ ਕਰ ਲੈਂਦੇ ਹਾਂ, ਪੁੱਛ ਬਟਨ ਲੈ ਲੈਂਦੇ ਹਾਂ, ਦੂਸਰਾ ਵੀ ਪੁੱਛ ਬਟਨ ਲੈ ਲਿਆ, ਇੱਕ ਅਸੀਂ ਇਲੈਕਟ੍ਰਿਕ ਬਲਬ ਲੈ ਲੈਂਦੇ ਹਾਂ, ਇੱਕ ਜਿਹੜਾ ਇਹਦਾ ਸੈਕਿੰਡ ਪਾਰਟ ਹੈ ਉਹ ਅੱਜ ਅਸੀਂ ਤਿੰਨ ਹੀ ਬੇਸਿਕ ਗੇਟ ਕਰਨੇ ਆ ਜਿਹੜੇ ਆ, ਇੱਕ ਔਰ ਐਂਡ ਤੇ ਨੋਟ। ਉਸ ਤੋਂ ਬਾਅਦ ਅਦਰ ਜਿਹੜੇ ਗੇਟ ਆ ਉਹ ਅਸੀਂ ਕੱਲ੍ਹ ਨੂੰ ਕਰਾਂਗੇ। ਕੱਲ੍ਹ ਦਾ ਜਿਹੜਾ ਸ਼ਡਿਊਲ ਆ ਤੁਸੀਂ ਨਿੰਮੀ 'ਤੇ ਪਲੀਜ਼ ਦੇਖ ਲੈਣਾ। ਸੋ ਇਹਦੇ ਇਨਪੁੱਟਸ ਅਸੀਂ ਜਿਹੜੇ ਆ ਉਹ ਕਨੈਕਟ ਕਰ ਲਏ ਆ, ਆਊਟਪੁੱਟ ਆ ਗਈ। ਹੁਣ ਦੇਖੋ ਇਸ ਟਾਈਮ 'ਤੇ ਜਿਹੜੇ ਸਾਡੇ ਪੁਸ਼ ਬਟਨ ਹੈ ਉਹ ਦੋਨੋਂ ਆਫ ਸਟੇਟ ਦੇ ਵਿੱਚ ਹੈ, ਦੋਨੋਂ ਹੀ ਆਫ ਸਟੇਟ ਦੇ ਵਿੱਚ ਹੈ। ਇੱਕ ਨੂੰ ਮੈਂ ਔਨ ਕਰ ਦਿੰਦਾ, ਦੇਖੋ ਜਦੋਂ ਇੱਕ ਨੂੰ ਵੀ ਔਨ ਕਰਦਾ ਤਾਂ ਬਲਬ ਜਿਹੜਾ ਉਹ ਨਹੀਂ ਚੱਲਦਾ, ਆਊਟਪੁੱਟ ਨਹੀਂ ਆਉਂਦੀ। ਜਦੋਂ ਦੋਨੋਂ ਸਵਿੱਚ ਹੀ ਹਾਈ ਹੋਣਗੇ, ਇਹਦੇ ਨਾਲ ਇੱਕ ਟੋਗਲ ਕਰਕੇ ਨਹੀਂ ਆਇਆ ਕਿਉਂਕਿ ਟੋਗਲ ਜਿਹੜਾ ਉਹ ਵਾਰ ਵਾਰ ਕਰਨਾ ਪੈਣਾ, ਇਸ ਕਰਕੇ ਕਿਉਂਕਿ ਇੱਥੇ ਟੋਗਲ ਜਿਹੜਾ ਇਹ ਵਾਰ ਵਾਰ ਕਰਨਾ ਪੈਂਦਾ, ਇਸ ਕਰਕੇ ਦੋਨੋਂ ਇਕੱਠੇ ਟੋਗਲ ਹੋਣਗੇ ਤੇ ਫਿਰ ਹੀ ਇਹ ਤੁਹਾਡੇ ਕੋਲ ਆਊਟਪੁੱਟ ਜਿਹੜੀ ਹਾਈ ਮਿਲਣੀ, ਅਦਰਵਾਈਜ਼ ਲੋ ਮਿਲਣੀ ਹੈ। ਸੋ ਹੁਣ ਨੈਕਸਟ ਜਿਹੜਾ ਉਹਨੂੰ ਅਸੀਂ ਇਸੇ ਨੂੰ ਹੀ ਅਸੀਂ ਐਂਡ ਗੇਟ ਨੂੰ ਇਹਦੇ 'ਤੇ ਮੈਂ ਇੱਕ ਲੈ ਲੈਂਦੇ, ਅਸੀਂ ਲੋ ਅਪਲਾਈ ਕਰ ਦਿੰਦੇ ਹਾਂ, ਇੱਕ ਆਊਟਪੁੱਟ ਲਈ ਅਸੀਂ ਇੱਥੋਂ ਬਲਬ ਲੈ ਲੈਂਦੇ ਹਾਂ, ਇੱਕ ਅਸੀਂ ਟੋਗਲ ਸਵਿੱਚ ਲਈ ਇੱਥੇ ਅਸੀਂ ਦੁਬਾਰਾ ਜ਼ੀਰੋ ਲੈ ਲੈਂਦੇ ਹਾਂ ਲੋ। ਹੁਣ ਦੇਖਦੇ ਹਾਂ ਇਹਨਾਂ ਦੇ ਕਨੈਕਸ਼ਨ ਕਰਕੇ, ਦੇਖੋ ਜਦੋਂ ਦੋਨੋਂ ਲੋ ਹੈ, ਦੋਨੋਂ ਹੀ ਇਨਪੁੱਟਸ ਲੋ ਨੇ ਤੇ ਆਊਟਪੁੱਟ ਸਾਨੂੰ ਕੀ ਮਿਲ ਰਹੀ ਹੈ, ਲੋ ਮਿਲ ਰਹੀ ਹੈ। ਆਊਟਪੁੱਟ ਕੀ ਮਿਲ ਰਹੀ ਹੈ, ਲੋ ਮਿਲ ਰਹੀ ਹੈ। ਹੁਣ ਮੈਂ ਜਦੋਂ ਦੋਨੋਂ ਇਨਪੁੱਟਸ ਲੋ ਹੈ ਤਾਂ ਆਊਟਪੁੱਟ ਲੋ ਮਿਲ ਰਹੀ ਹੈ, ਇੱਕ ਨੂੰ ਮੈਂ ਦੋਨਾਂ 'ਚੋਂ ਹਾਈ ਕਰ ਦਿੰਦਾ, ਪਹਿਲੀ ਲੋ ਰਹਿਣ ਦਿੱਤੀ ਹੈ, ਦੂਸਰੀ ਨੂੰ ਅਸੀਂ ਹਾਈ ਕਰ ਦਿੰਦੇ ਹਾਂ, ਦੂਸਰੀ ਨੂੰ ਹਾਈ ਕਰ ਦਿੰਦੇ ਹਾਂ। ਇਹ ਕਈ ਵੇ ਨਾਲ ਮੈਂ ਦੱਸ ਰਿਹਾ ਤੁਹਾਨੂੰ, ਬਾਕੀ ਰਿਜ਼ਲਟ ਜਾਂ ਓਪਰੇਸ਼ਨ ਇਹਦੀਆਂ ਸੇਮ ਨਹੀਂ ਆ। ਆਹ ਇੱਕ ਪਹਿਲੀ ਜ਼ੀਰੋ ਹੈ, ਪਹਿਲੀ ਲੋ ਹੈ, ਦੂਜੀ ਇਨਪੁੱਟ ਅਸੀਂ ਹਾਈ ਕੀਤੀ ਹੈ ਤਾਂ ਵੀ ਆਊਟਪੁੱਟ ਸਾਡੀ ਲੋ ਆ ਰਹੀ ਹੈ। ਹਾਈ ਕਦੋਂ ਆਉਣੀ, ਜਦੋਂ ਦੋਨੋਂ ਹਾਈ ਹੋਣਗੀਆਂ। ਹੁਣ ਮੈਂ ਇਹਨੂੰ ਲੋ ਕਰ ਦਿੰਦਾ, ਇਹਨੂੰ ਲੋ ਕਰ ਦਿੰਦੇ ਹਾਂ ਤੇ ਇਹਨੂੰ ਅਸੀਂ ਹਾਈ ਕਰ ਦਿੰਦੇ ਹਾਂ, ਇਹਨੂੰ ਅਸੀਂ ਹਾਈ ਕਰ ਦਿੰਦੇ ਹਾਂ, ਫਿਰ ਵੀ ਦੇਖਾਂਗੇ ਕਿ ਆਊਟਪੁੱਟ ਸਾਡੀ ਜਿਹੜੀ ਆ ਉਹ ਲੋ ਹੀ ਆਏਗੀ, ਕਿਉਂਕਿ ਦੋਨਾਂ ਦੇ ਵਿੱਚੋਂ ਫਿਰ ਸੈਕਿੰਡ ਇਨਪੁੱਟ ਜਿਹੜੀ ਆ ਸਾਡੀ ਲੋ ਹੈਗੀ ਆ, ਇਸ ਲਈ ਆਊਟਪੁੱਟ ਸਾਡੇ ਕੋਲ ਫਿਰ ਲੋ ਆ ਰਹੀ ਹੈ। ਆਊਟਪੁੱਟ ਹਾਈ ਲਿਆਉਣ ਲਈ ਸਾਡੇ ਕੋਲ ਦੋਨੋਂ ਵਨ ਵਨ ਕਰਨੇ ਪੈਣੇ। ਹੁਣ ਮੈਂ ਇਹ ਕਰਦਾ ਇੱਥੇ ਵਨ ਲੈ ਆਉਂਦੇ ਹਾਂ, ਇੱਥੇ ਜਿਹੜੀ ਇਨਪੁੱਟ ਉਹ ਅਸੀਂ ਵਨ ਅਪਲਾਈ ਕਰਦੇ ਹਾਂ, ਦੋਨਾਂ ਤੇ ਇਨਪੁੱਟ ਜਿਹੜੀ ਆ ਉਹ ਵਨ 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 ਮੀਨਸ ਹਾਈ। ਜਦੋਂ ਹਾਈ ਇਨਪੁੱਟ ਜਿਹੜੀ ਅਸੀਂ ਅਪਲਾਈ ਕਰਾਂਗੇ, ਦੋਨੋਂ ਇਨਪੁੱਟਸ ਹਾਈ ਹੋਣਗੀਆਂ ਤਾਂ ਆਊਟਪੁੱਟ ਸਾਡੀ ਹਾਈ ਆ ਰਹੀ ਹੈ। ਸੋ ਇਸ ਤਰ੍ਹਾਂ ਨਾਲ ਇਹ ਗੇਟ ਬਣਦਾ। ਨੈਕਸਟ ਜੋ ਹੈ ਇਹਦਾ ਮਤਲਬ ਐਂਡ ਗੇਟ ਦੇ ਵਿੱਚ ਫਿਰ ਕੀ ਹੋਇਆ, ਆਊਟਪੁੱਟ ਸਾਨੂੰ ਹਾਈ ਉਦੋਂ ਆਉਂਦੀ ਹੈ ਜਦੋਂ ਆਲ ਇਨਪੁੱਟਸ ਹਾਈ ਹੋਣਗੇ, ਜਦੋਂ ਇਹਦੇ ਸਾਰੇ ਇਨਪੁੱਟਸ ਹਾਈ ਹੋਣਗੇ, ਅਦਰਵਾਈਜ਼ ਆਊਟਪੁੱਟ ਲੋ ਆਉਂਦੀ ਹੈ। ਜੇ ਇੱਕ ਵੀ ਇਨਪੁੱਟ ਲੋ ਹੋਏਗੀ ਤਾਂ ਆਊਟਪੁੱਟ ਲੋ ਆਏਗੀ। ਹੁਣ ਅਸੀਂ ਨੋਟ ਗੇਟ ਨੂੰ ਕਰਦੇ ਹਾਂ, ਨੋਟ ਗੇਟ ਨੂੰ ਕਰਦੇ ਹਾਂ, ਪਹਿਲਾਂ ਮੈਂ ਇੱਕ ਟੋਗਲ ਸਵਿੱਚ ਦੀ ਹੈਲਪ ਨਾਲ ਕਰਦਾ। ਟੋਗਲ ਸਵਿੱਚ ਮੈਂ ਲਿਆ, ਇੱਕ ਆਊਟਪੁੱਟ ਲਈ ਅਸੀਂ ਇਹਦਾ ਬਲਬ ਲੈ ਲੈਂਦੇ ਹਾਂ, ਇਹਦੇ ਕਨੈਕਸ਼ਨ ਕਰੀਏ। ਹੁਣ ਮੈਂ ਪਹਿਲਾਂ ਤੁਹਾਨੂੰ ਨੋਟ ਗੇਟ ਬਾਰੇ ਥੋੜ੍ਹਾ ਕੁ ਰੀਕਾਲ ਕਰ ਲੈਂਦੇ ਹਾਂ ਕਿ ਨੋਟ ਗੇਟ ਦਾ
ਕੀ ਕੰਮ ਹੁੰਦਾ, ਨੋਟ ਗੇਟ ਕਿਉਂ ਯੂਜ਼ ਕੀਤਾ ਜਾਂਦਾ, ਇਹਦਾ ਕੀ ਕੰਮ ਹੁੰਦਾ ਕਿ ਨੋਟ ਗੇਟ ਦਾ ਕੰਮ ਇਹ ਹੁੰਦਾ ਕਿ ਇਹਨੇ ਆਉਟਪੁੱਟ ਜਿਹੜੀ ਆ ਉਹ ਇਨਪੁੱਟ ਦੇ ਕੰਪਲੀਮੈਂਟ ਦੇ ਵਿੱਚ ਦੇਣੀ ਹੁੰਦੀ ਆ, ਉਹਨੂੰ ਇਨਵਰਟ ਕਰਕੇ ਦੇਣੀ ਹੁੰਦੀ ਆ। ਮੰਨ ਲਓ ਜੇ ਇੱਥੇ ਜ਼ੀਰੋ ਹੈ, ਜੇ ਇੱਥੇ ਜ਼ੀਰੋ ਹੈ, ਫਿਲਹਾਲ ਮੈਂ ਤੁਹਾਨੂੰ ਇੱਥੇ ਮੈਂ ਜ਼ੀਰੋ ਅਪਲਾਈ ਕਰਕੇ ਦੱਸਦਾ। ਫਿਲਹਾਲ ਮੰਨ ਲਓ ਇੱਥੇ ਸਾਡੇ ਕੋਲ ਜ਼ੀਰੋ ਹੈ, ਅਸੀਂ ਜ਼ੀਰੋ ਅਪਲਾਈ ਕੀਤੀ ਹੈ, ਤੇ ਆਉਟਪੁੱਟ ਸਾਡੀ ਫਿਰ ਕੀ ਆਏਗੀ, ਜਿਹੜਾ ਬਲਬ ਸਾਡਾ ਉਹ ਗਲੋ ਕਰੇਗਾ। ਦੇਖਣਾ ਤੁਸੀਂ ਇਹਦੇ 'ਚ, ਦੇਖੀਏ ਅਸੀਂ ਤਾਂ, ਜੇ ਅਸੀਂ ਜ਼ੀਰੋ ਅਪਲਾਈ ਕੀਤੀ ਹੋਈ ਹੈ ਤਾਂ ਬਲਬ ਸਾਡਾ ਗਲੋ ਕਰ ਰਿਹਾ। ਹੁਣ ਸੈਕਿੰਡ ਅਸੀਂ ਕਰਦੇ ਹਾਂ, ਦੁਬਾਰਾ ਤੋਂ ਇੱਥੇ ਲੈ ਲੈਂਦੇ ਹਾਂ। ਹੁਣ ਇਹਦੇ ਇਨਪੁੱਟ 'ਤੇ ਮੈਂ ਵਨ ਅਪਲਾਈ ਕਰ ਦਿੰਦਾ, ਹਾਈ ਇਨਪੁੱਟ ਦੇ ਦਿੰਦੇ ਹਾਂ, ਹਾਈ ਇਨਪੁੱਟ ਦੇ ਦਿੰਦੇ ਹਾਂ। ਜਦੋਂ ਹਾਈ ਇਨਪੁੱਟ ਦੇਵਾਂਗੇ ਤਾਂ ਆਉਟਪੁੱਟ ਕੀ ਕਰਨੀ ਇਹਨੇ, ਦੇਖੋ ਆਉਟਪੁੱਟ ਇਹਨੇ ਲੋ ਦੇਣੀ ਹੈ ਸਾਨੂੰ, ਬਲਬ ਜਿਹੜਾ ਉਹ ਗਲੋ ਨਹੀਂ ਹੋਏਗਾ। ਹੁਣ ਦੋਨੋਂ ਸਟੇਟਸ ਦੇ ਵਿੱਚ ਦੇਖੀਏ, ਜੇ ਪਹਿਲੇ ਦੇ ਵਿੱਚ ਦੇਖੀਏ ਤੇ ਜਦੋਂ ਅਸੀਂ ਨੋਟ ਗੇਟ ਦੇ ਵਿੱਚ ਇੱਕ ਇਹ ਹੈ ਕਿ ਇਹਦੀ ਇਨਪੁੱਟ ਜਿਹੜੀ ਹਮੇਸ਼ਾ ਵਨ ਹੁੰਦੀ ਆ, ਬਾਕੀ ਜਿਹੜੇ ਗੇਟਸ ਸੀਗੇ ਜਾਂ ਬਾਕੀ ਗੇਟਸ ਹੈਗੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ, ਉਹਨਾਂ ਦੀਆਂ ਇਨਪੁੱਟਸ ਜਿਹੜੀਆਂ ਦੋ ਜਾਂ ਦੋ ਤੋਂ ਜ਼ਿਆਦਾ ਹੁੰਦੀਆਂ ਨੇ, ਪਰ ਜਿਹੜੀ ਆਉਟਪੁੱਟ ਹੈ ਉਹ ਇੱਕੋ ਹੀ ਹੁੰਦੀ ਹੈ। ਪਰ ਨੋਟ ਗੇਟ ਇਸ ਤਰ੍ਹਾਂ ਦਾ ਗੇਟ ਹੈ ਜਿਹਦੀ ਇਨਪੁੱਟ ਵੀ ਇੱਕੋ ਹੀ ਹੁੰਦੀ ਹੈ। ਸੋ ਅਸੀਂ ਕੀ ਕਰਦੇ ਹਾਂ ਕਿ ਨੋਟ ਗੇਟ ਜਿਹੜਾ ਉਹ ਕੀ ਹੁੰਦਾ, ਉਹਦੀ ਆਉਟਪੁੱਟ ਜਿਹੜੀ ਹੈ ਇਨਪੁੱਟ ਦੇ ਇਨਵਰਟ ਦੇ ਵਿੱਚ ਹੁੰਦੀ ਹੈ, ਇਨਪੁੱਟ ਦੇ ਕੰਪਲੀਮੈਂਟ ਦੇ ਵਿੱਚ ਹੁੰਦੀ ਹੈ। ਕੰਪਲੀਮੈਂਟ ਦਾ ਮਤਲਬ ਹੈ ਜੇ ਇਨਪੁੱਟ ਲੋ ਆ ਤਾਂ ਆਉਟਪੁੱਟ ਹਾਈ ਹੋਵੇਗੀ, ਜੇ ਇਨਪੁੱਟ ਹਾਈ ਆ ਤਾਂ ਆਉਟਪੁੱਟ ਲੋ ਹੋਵੇਗੀ। ਸੋ ਇਸ ਕਰਕੇ ਜੇ ਇੱਥੇ ਸਾਡੇ ਕੋਲ ਜ਼ੀਰੋ ਹੈ ਤੇ ਇੱਥੇ ਸਾਡੇ ਕੋਲ ਵਨ ਆ ਰਿਹਾ, ਜੇ ਇੱਥੇ ਵਨ ਆ ਤੇ ਇੱਥੇ ਸਾਡੇ ਕੋਲ ਜ਼ੀਰੋ ਆ ਰਿਹਾ, ਮਤਲਬ ਕਿ ਜੇ ਇੱਥੇ ਲੋ ਸੀਗੀ ਤੇ ਇੱਥੇ ਹਾਈ ਆ ਰਿਹਾ, ਜੇ ਹਾਈ ਆ ਤਾਂ ਇਹ ਲੋ ਆ ਰਿਹਾ। ਹੁਣ ਇਸੇ ਨੂੰ ਅਸੀਂ ਟੋਗਲ ਸਵਿਚਸ ਨਾਲ ਜਾਂ ਕਲੋਕ ਪਲਸ ਨਾਲ ਅਪਲਾਈ ਕਰਕੇ ਦੇਖਦੇ ਹਾਂ, ਕਲੋਕ ਪਲਸ ਨਾਲ ਅਪਲਾਈ ਕਰਕੇ ਦੇਖਦੇ ਹਾਂ। ਇੱਕ ਮੈਂ ਨੋਟ ਗੇਟ ਲਿਆ, ਪੁਸ਼ ਬਟਨ ਲੈ ਲਓ, ਪੁਸ਼ ਬਟਨ ਕਰਕੇ ਦੇਖ ਲੈਂਦੇ ਹਾਂ, ਪੁਸ਼ ਬਟਨ ਲੈ ਲਿਆ, ਇੱਕ ਇੱਕ ਬਲਬ ਲੈ ਲਿਆ ਆਉਟਪੁੱਟ ਲਈ, ਇਹਦੀ। ਹੁਣ ਦੇਖੋ ਜਦੋਂ ਇਹਨੂੰ ਕਲਿੱਕ ਕਰਾਂਗੇ, ਪੁਸ਼ ਕਰਾਂਗੇ ਇਹਨੂੰ, ਜਦੋਂ ਬਟਨ ਨੂੰ ਪੁਸ਼ ਕਰਾਂਗੇ ਤੇ ਹੁਣ ਇਸ ਟਾਈਮ ਤੇ ਕੀ ਹੈ, ਪੁਸ਼ ਨਹੀਂ ਹੋਇਆ, ਇਹਦਾ ਮਤਲਬ ਲੋ ਸਟੇਟ ਦੇ ਵਿੱਚ ਆ, ਆਹ ਵਾਲਾ ਸਵਿਚ ਜਿਹੜਾ ਲੋ ਸਟੇਟ ਦੇ ਵਿੱਚ, ਇਹਨੂੰ ਇਨਪੁੱਟ ਲੋ ਮਿਲ ਰਹੀ ਹੈ ਤੇ ਆਉਟਪੁੱਟ ਹਾਈ ਆ ਗਈ ਹੈ। ਜੇ ਮੈਂ ਇਹਨੂੰ ਆ ਦੇਖੋ ਪੁਸ਼ ਕਰਦਾ, ਜਦੋਂ ਵੀ ਇਹਨੂੰ ਪੁਸ਼ ਕਰਦਾ ਤੇ ਇਹਦੀ ਆਉਟਪੁੱਟ ਜਿਹੜੀ ਹਾਈ ਮਿਲਦੀ ਹੈ। ਪੁਸ਼ ਕਰਨਾ ਮਤਲਬ ਇਹ ਆਨ ਹੋ ਜਾਂਦਾ, ਆਨ ਸਟੇਟ ਦੇ ਮਤਲਬ ਕੀ ਹੋ ਗਿਆ ਕਿ ਹਾਈ ਹੋ ਗਈ ਇਨਪੁੱਟ, ਹਾਈ ਹੋਏਗੀ ਤੇ ਆਉਟਪੁੱਟ ਜਿਹੜੀ ਉਹ ਲੋ ਆਏਗੀ। ਸੋ ਇਸੇ ਗੇਟ ਨੂੰ ਇੱਕ ਵਾਰੀ ਕਲੋਕ ਪਲਸ ਦੀ ਹੈਲਪ ਨਾਲ ਵੀ ਦੇਖ ਲਈਏ, ਕਲੋਕ ਪਲਸ ਅਸੀਂ ਇੱਥੇ ਅਪਲਾਈ ਕਰਕੇ ਦੇਖ ਰਹੇ ਹਾਂ, ਕਲੋਕ ਪਲਸ ਅਪਲਾਈ ਕਰਦੇ ਹਾਂ। ਹੁਣ ਦੇਖੋ ਜਦੋਂ ਤੱਕ ਕਲੋਕ ਪਲਸ ਲੋ ਹੋ ਰਹੀ ਹੈ ਤੇ ਆਉਟਪੁੱਟ ਹਾਈ ਆ ਰਹੀ ਹੈ, ਜਿਵੇਂ ਕਲੋਕ ਪਲਸ ਹਾਈ ਹੁੰਦੀ ਹੈ ਤੇ ਆਉਟਪੁੱਟ ਲੋ ਆ ਰਹੀ ਹੈ। ਥੋੜਾ ਜਿਹਾ ਮੈਂ ਟਾਈਮ ਜੇ ਅਸੀਂ ਘਟਾ ਦਈਏ ਤਾਂ ਟਾਈਮ ਇਹਦਾ ਥੋੜਾ ਇਨਕਰੀਜ਼ ਕਰ ਦਿੰਦੇ, ਟਾਈਮ ਨੂੰ ਘਟਾ ਦਿੰਦੇ ਹਾਂ, ਟਾਈਮ ਇੱਥੇ ਘਟਾ ਰਿਹਾ ਮੈਂ, ਹਾਂ ਟਾਈਮ ਵਧਿਆ। ਦੇਖੋ ਹੁਣ ਹੁਣ ਕੀ ਹੋਇਆ, ਦੇਖੋ ਥੋੜਾ ਜ਼ਿਆਦਾ ਕਲੀਅਰ ਹੋ ਜਾਏਗਾ। ਟਾਈਮ ਨੂੰ ਮੈਂ ਥੋੜ੍ਹਾ ਚੇਂਜ ਕੀਤਾ ਕਿ ਇੱਥੋਂ ਜਦੋਂ ਤਾਂ ਲੋ ਹੋ ਰਿਹਾ ਦੇਖੋ ਤੇ ਬਲਬ ਗਲੋ ਨਹੀਂ ਕਰੇਗਾ, ਜਦੋਂ ਹਾਈ ਹੁੰਦਾ ਇਹ ਤਾਂ ਬਲਬ ਜਿਹੜਾ ਗਲੋ ਨਹੀਂ ਕਰਦਾ, ਜਦੋਂ ਲੋ ਹੁੰਦਾ ਤਾਂ ਬਲਬ ਗਲੋ ਕਰਦਾ। ਇਹਦਾ ਮਤਲਬ ਨੋਟ ਗੇਟ ਦੇ ਵਿੱਚ ਕੀ ਹੁੰਦਾ, ਜਿਹੜੀ ਆਉਟਪੁੱਟ ਹਮੇਸ਼ਾ ਹੀ ਇਨਪੁੱਟ ਦੇ ਕੰਪਲੀਮੈਂਟ ਦੇ ਵਿੱਚ ਹੁੰਦੀ ਹੈ। ਜੋ ਪੇਪਰ ਦੇ ਵਿੱਚ ਕੁਐਸਚਨ ਜਿਹੜਾ ਆ ਸਕਦਾ ਉਹ ਇਹ ਆ ਸਕਦਾ ਕਿ ਜਿਹੜਾ ਨੋਟ ਗੇਟ ਆ ਉਹ ਕਿਵੇਂ ਓਪਰੇਟ ਕਰਦਾ, ਉਹ ਤੁਸੀਂ ਇਹ ਕਹੋਗੇ ਕਿ ਇਹਦੀ ਜਿਹੜੀ ਆਉਟਪੁੱਟ ਹੈ ਉਹ ਹਮੇਸ਼ਾ ਹੀ ਇਨਪੁੱਟ ਦਾ ਕੰਪਲੀਮੈਂਟ ਹੁੰਦੀ ਆ।
जदों इनपुट जीरो है तो आउटपुट वन होएगी, जदों इनपुट वन तो आउटपुट जीरो होएगी। ये मैं तुहानू चार तरीके ने इहदी ऑपरेशन जिहड़ी उह करके दसी है। सो नैक्सट जो है एक बफर गेट होंदा। बफर गेट ने की करना होंदा, ये जिवें इनपुट असी इहदे ते अप्लाई करदे हां सेम वे नाल ही आउटपुट मिलदी है। इहदी भी इक्को इनपुट है पर इहदे विच की है आउटपुट जिहड़ी है उह सेम वे नाल ही सानूं मिलदी है। आउटपुट जिहड़ी सेम वे नाल मिलदी है, देखो जे असीं इत्थे 1 अप्लाई करांगे ते आउटपुट भी 1 आएगी, जे लो अप्लाई करांगे ता आउटपुट भी सानूं लो मिलेगी। देखो मैं जिवें कि इत्थे फिलहाल 0 नूं कनैक्ट करदा इहदे ते, एक बल्ब लै लैंदे आ। हुण जे लो आता आउटपुट साडे कोल लो ही आ रही है। बफर गेट का की काम होंदा कि जिवें असीं इनपुट दिंदे आ सेम वे नाल ही साडे कोल आउटपुट आउंदी है। हुण मैं सैकेंड फेर लैंदा, इहदे ते असीं 1 अप्लाई कर लैंदे आ, इहदे ते असीं 1 अप्लाई करांगे ते जिहड़ा आउटपुट आ जिहड़ी उह असीं इहदे अक्रॉस लै के देखदे आ। हुण देखो जदों हाई है तां आउटपुट भी साडे कोल हाई आ रही है। इहदा मतलब जिहड़ा बफर गेट होंदा उहदा की काम होंदा कि जिवें इनपुट जिहड़ी आ जे हाई होएगी तां आउटपुट भी हाई आ रही है, जे इनपुट लो आ तां आउटपुट भी लो आ रही है। सो इहनूं कलॉक पल्स नाल इक वारी करके देख लैंदे आ बफर नूं, कि इक वारी कलॉक पल्स अप्लाई करके देखदे आ इहदे ते। जदों असीं इहदे ते कलॉक पल्स अप्लाई करदे हां तां इहदे जदों कनैक्शन करांगे तां फिर इहदा रिजल्ट देखदे हां कि किवें इह ओपरेट करदा। हुण देखो जिवें कलॉक पल्स सानूं हाई आउंदी आ ते आउटपुट भी साडे कोल हाई हुंदी है, जे इनपुट लो हो रही है तां आउटपुट भी लो हो रही है। तां मतलब बफर गेट दा की काम हैगा कि आउटपुट सानूं उदों हाई होएगी जे इनपुट हाई होएगी। आउटपुट डिपेंड करती है इनपुट ते। ये सीगे बिट्टे कुछ बेसिक गेट है, बाकी नैक्सट जिहड़े गेट है वह कल नूं मैं डिस्कस करूंगा तुहाडे नाल, जिहदे विच नैंड गेट, नॉर गेट, एग्जोर गेट, एग्जनोर गेट। ये चार गेट जिहड़े असीं लॉजिक गेट जिहड़े आ कल करांगे। ये जिहड़े ये वाले गेट जिहड़े आ ये सारे गेट जिहड़े असीं कल करने आ, ये इन्हां तिन्ना गेट्स की हैल्प तिन्ना गेट्स तो दे कॉम्बीनेशन तो यह गेट जिहड़े आ उह बणदे हैगे आ। सो अज दे टॉपिक दे विच, अज दे लैक्चर दे विच इन्ना ही, ते कल नूं असीं मैं टाइम जिहड़ा तुसीं प्लीज़ जिहड़े मैं स्टूडेंट नूं कहना चाहुंदा कि तुसीं निम्मी दे एक वारी शेड्यूल देख लिओ शाम नूं एक वारी मेरा, कि टाइम ते मेरा लैक्चर आ रहा, उस टाइम ते तुसीं मैनूं ज्वाइन करिओ। इहनूं भी असीं एक वारी रिकॉल कर लवांगे, जे जिथों नहीं क्लीयर होएगा मैनूं हुण क्वेश्चन कर लो, मैं 5 मिनट दे दिंदा तुहानूं। ते बाकी जिहड़े अगले नैक्सट क्वेश्चन है जां अगले नैक्सट जिहड़े चार साडे कोल गेट हैगे ने ਉਹ ਅਸੀਂ ਕੱਲ੍ਹ ਨੂੰ ਡਿਸਕਸ ਕਰਾਂਗੇ। ਸੋ ਤੁਸੀਂ ਮੈਨੂੰ ਕੱਲ੍ਹ ਵੀ ਜ਼ਰੂਰ ਜੁਆਇਨ ਕਰਨਾ। ਕਿਸੇ ਦਾ ਕੋਈ ਕੁਐਸਚਨ ਹੈ ਤਾਂ ਪਲੀਜ਼ ਉਹ ਮੈਨੂੰ ਪੁੱਛ ਸਕਦਾ। ਇਸ ਦੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ, ਜੇ ਅਸੀਂ ਅੱਜ 3 ਲੌਜਿਕ ਬੇਸ ਇਹਨਾਂ ਦੀ ਓਪਰੇਸ਼ਨਸ ਕੀਤੀਆਂ, ਇਹਨਾਂ ਦੀ ਓਪਰੇਸ਼ਨਸ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਆਪਣਾ ਹੈਂਡ ਰੇਜ਼ ਕਰਕੇ ਤੁਸੀਂ ਮੈਨੂੰ ਆਪਣਾ ਕੁਐਸਚਨ ਜਿਹੜਾ ਉਹ ਪੁੱਟ ਅਪ ਕਰ ਸਕਦੇ ਹੋ। ਹਾਂ ਸਟੂਡੈਂਟਸ, ਬਾਕੀ ਕੱਲ੍ਹ ਨੂੰ ਅਸੀਂ ਕੱਲ੍ਹ ਨੂੰ ਤੁਸੀਂ ਸਟੂਡੈਂਟਸ ਨੂੰ ਮੈਂ ਕਹਿਣਾ ਚਾਹੁੰਦਾ ਕਿ ਕੱਲ੍ਹ ਨੂੰ ਮੇਰਾ ਜਿਹੜਾ ਨਿੰਮੀ 'ਤੇ ਇੱਕ ਵਾਰੀ ਤੁਸੀਂ ਸ਼ਾਮ ਨੂੰ ਜ਼ਰੂਰ ਲੈਕਚਰ ਦੇ ਸ਼ਡਿਊਲ ਦੇਖ ਲੈਣਾ ਨਿੰਮੀ 'ਤੇ, ਕਿ ਮੇਰਾ ਕੀ ਸ਼ਡਿਊਲ ਹੈਗਾ। ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ, ਚੰਗੇ ਤਰੀਕੇ ਨਾਲ ਜਿਹੜਾ ਉਹ ਐਕਸਪਲੇਨ ਕਰਨ ਦੀ। ਹਾਂਜੀ, ਕਿਸੇ ਦਾ ਕੋਈ ਕੁਐਸਚਨ ਤਾਂ ਪਲੀਜ਼ ਉਹ ਪੁੱਛ ਸਕਦਾ। ਹੈਲੋ, ਹਾਂਜੀ ਸਰ, ਹੈਲੋ।
हेलो। हाँ, मैनू ना किसी ने पूछा कि टॉपिक की चल रहा। टॉपिक यह चल रहा कि टॉपिक जोड़ा हैगा लॉजिक गेट्स है जो कि डिजिटल इलेक्ट्रॉनिक्स का एक पार्ट हैगा। ये बेसिक जोड़ा एक पार्ट है डिजिटल इलेक्ट्रॉनिक्स जी है वो सारी ये बेस्ड हैगी है। जी डिजिटल इलेक्ट्रॉनिक है सारी इसे ते बेस्ड हैगी है। जिमें असी लॉजिक गेट्स तो बाद असी फ्लिप फ्लॉप्स कंस्ट्रक्ट करते हैं, सिकंड काउंटर सर्किट वो बनाते हैं, जां शिफ्ट रजिस्टर जोड़े असी बनाते हैं, सारा कुछ ही बेसिक जोड़े लॉजिक गेट्स वो यूज होंगे उन्होंने। बाकी जोड़ा ऑर गेट है ये असी यदि ऑपरेशन जी है ये ऐड करने की जाती है कंप्यूटर्स के जी एडिंग का प्रोसैस है वो ऑर गेट राही हों। एंड गेट जरा वह मल्टीप्लीकेशन यूज़ किया जाता है, मल्टीप्लाई करने यूज़ किया जाता है। मैं रिपीट कर रहे हैं कि जरा ऑर गेट है वह उन्होंने असी प्लस करने एडिशन करने यूज़ किया जाता है, तो जरा साढ़े को एंड गेट है उन्होंने असी मल्टीप्लीकेशन यूज़ करते हैं कंप्यूटर के बच्चे। और जोड़ा नॉट गेट है वो तुम्हें दसता कि वह की करता इनवर्ट करता जी इनपुट होंगी उन्होंने इनवर्ट करता। बाकी इस रिगार्डिंग किसी की भी कोई क्वेरी है कोई भी किसी का कोई डाउट है तो प्लीज़ मैनू पूछ सकता मैं क्लीयर करवा दाँगा। बाकी मेरा फोन नंबर 9501844222 मैं रिपीट कर रहा हूँ, जे किसी ने नोट करना तो मैं व्हाट्सएप बाय कॉल एनी वे ना मैंने कोई भी इस रिगार्डिंग क्वेश्चन है मैंने तुसी पुटअप कर लियो, मैं तुम्हें कॉन्सेप्ट जरा क्लीयर करवा दूंगा। सो मैं नंबर एक बार अपना फोन नंबर फिर तो रिपीट कर रहा हूँ, जे कोई नोट करना चाहता तो किसी की क्वेरी है हूँ पूछ लो, जे बाद विच है तो तुसी बाद विच भी मैंने कॉल करके पूछ सकते हो। नंबर मैं रिपीट कर रहा हूँ नोट कर लवो 9501844222 9501844222। सो कल दे लेक्चर दे विच जिहड़ा इहदा सैकेंड पार्ट है उहदे विच मैं होर कोशिश करूँगा कि तुहानूं होर अच्छे वे नाल मैं इहदियां जिहड़ियां ऑपरेशनस आ वो डिस्कस तुहाडे नाल कर सकां। सो तुहाडा सब दा बहुत बहुत थैंक्स। ठीक है मनदीप सर, सो सेशन आई थिंक एंड करना चाहिए था।